ਕੋਈ ਗੱਲ ਨਹੀਂ, ਅੱਜ ਨਹੀਂ ਤੇ ਕੱਲ ਨੂੰ ਤੈਨੂੰ ਛਤਰੀ ਤੇ ਬਿਠਾਈ ਲੈਣਾ ਕਬੂਤਰੀਏ, ਹੈਂ ਕੀ ਯਾਦ ਰੱਖੇਂਗੇ। ਬੜੀ ਸੋਹਣੀ ਲੱਗਦੀ ਆ ਯਾਰ ਮੈਨੂੰ, ਇਹ ਤਾਂ ਚੋਗਾ ਪਾ ਹੀ ਦੂੰਗਾ ਅੱਜ ਮੈਂ। ਸਤਿ ਸ੍ਰੀ ਅਕਾਲ ਭਾਬੀ ਜੀ। ਸਤਿ ਸ੍ਰੀ ਅਕਾਲ, ਇੱਥੇ ਕੀ ਖੜੇ ਹੋ, ਅੰਦਰ ਆ ਜਾਓ, ਵੀਰਾ ਤੁਹਾਡਾ ਘਰ ਹੀ ਆ। ਉਹ ਕੋਈ ਗੱਲ ਨਹੀਂ ਭਰਜਾਈ, ਮੈਂ ਤਾਂ ਆਖਿਆ ਮਹਾ ਝਾੜੂ ਮਾਰੀ ਜਾਂਦੀ ਹੈ, ਦੂਰੀ ਖੜ ਜੀ। ਇਹ ਕਿਹੜੀ ਗੱਲ ਆ, ਕੰਮ ਤਾਂ ਸਾਰਾ ਹੋ ਹੀ ਗਿਆ, ਸਨੀ ਘਰੀ ਨੇ, ਆ ਜਾਓ ਤੁਸੀਂ। ਉਹ ਠੀਕ ਹੈ ਭਰਜਾਈ, ਜੇ ਤੂੰ ਕਹਿੰਦੀ ਆ ਤਾਂ ਆ ਹੀ ਜਾਂਦੇ ਆ। ਲੈ ਅੱਜ ਤਾਂ ਤੇਰੇ ਹੱਥ ਦੀ ਚਾਹ ਪੀ ਕੇ ਜਾਵਾਂਗੇ। ਚਾਹ ਦੀ ਕਿਹੜੀ ਗੱਲ ਕਰਦੇ ਹੋ, ਆ ਜਾਓ ਦੁੱਧ ਚ ਪੱਤੀ ਪਾ ਕੇ ਪਿਆ ਦਾਂਗੇ। ਅੱਛਾ ਜੀ, ਆ ਜਾਓ ਆ ਜਾਓ। ਉਹ ਤਕੜਾ ਤਾਇਆ, ਲੈ ਮੈਂ ਕਈ ਵਾਰੀ ਕਿਹਾ ਹੈਗਾ, ਨਾਲੇ ਨੂੰਹ ਨੂੰ ਕਿਹਾ ਹੈਗਾ, ਨਾਲੇ ਇਹਨੂੰ ਕਈ ਵਾਰੀ ਕਿਹਾ ਵੀ ਤੂੰ ਸਾਡੇ ਘਰੇ ਨਾ ਆਇਆ ਕਰ। ਲੈ ਕਿ ਮੈਂ ਤਾਇਆ ਐਂ ਜੇ ਕਰਕੇ ਸਿੱਧੇ ਤੁਰ ਗਿਆ, ਸਮਝ ਨਹੀਂ ਆਉਂਦੀ, ਮੈਨੂੰ ਲੱਗਦਾ ਕਿਸੇ ਨਾ ਕੁਛ ਕਰਨਾ ਪਊਗਾ, ਐਂ ਤਾਂ ਨਹੀਂ ਹਟਦਾ। ਉਹ ਕੋਈ ਨਾ ਸਾਲੀਏ, ਆ ਕੇ ਜਾਵਾਂਗੇ। ਉਹ ਹੋਰ ਕਰ ਮੈਨੂੰ ਤੇ ਕੀ ਹਾਲ ਆ? ਵਧੀਆ, ਤੂੰ ਸੁਣਾ। ਟਾਈਮ ਹੋਰ ਬੜੇ ਟਾਈਮ ਬਾਅਦ ਗੇੜਾ ਮਾਰਿਆ। ਹੋਰ ਯਾਰ ਉਹ ਗਿਆ ਹੈ, ਗੱਲਾਂ ਕਰੀ ਜਾਂਦੇ ਸੀ ਐ। ਉਹ ਫੋਨ ਆ ਗਿਆ, ਉਹ ਕਹਿੰਦੀ ਆ ਲੈ ਤੂੰ ਵੀ ਗੱਲ ਕਰਨੀ, ਉਹ ਕਹਿੰਦੀ ਕੰਮੋਂ ਨਾਲ ਗੱਲ ਕਰਾ ਦੇ। ਅਮਨ ਸੀਗੀ। ਹੋਰ ਕਿਵੇਂ ਆ? ਬਹੁਤ ਵਧੀਆ, ਤੂੰ ਦੱਸ ਠੀਕ ਠਾਕ? ਕਿਵੇਂ ਅੱਜ ਕੀੜੀ ਦੇ ਘਰ ਨਰਾਇਣ ਆ ਗਏ? ਉਹ ਨਹੀਂ, ਮਹਾ ਚੱਲ ਦਰਸ਼ਨ ਕਰੇ ਆਈਏ ਭਾਈ ਦੇ, ਇਹ ਤਾਂ ਜ਼ਰੂਰੀ ਆ। ਨਾਲੇ ਤੂੰ ਤਾਂ ਨਹੀਂ ਗੇੜਾ ਮਾਰਦਾ, ਹੁਣ ਸਾਨੂੰ ਤਾਂ ਗੇੜਾ ਮਾਰਨਾ ਹੀ ਪੈਂਦਾ ਹੈ। ਉਹ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਤੇਰਾ ਆਪਦਾ ਘਰ ਆ, ਦਿਨ ਆ ਰਾਤ ਆ, ਕੋਈ ਚੱਕਰ ਨਹੀਂ। ਹੋਰ ਦੱਸ, ਕੰਮੋਂ ਪਾਣੀ ਤਾਂ ਲਿਆ? ਹਾਂਜੀ ਹਾਂਜੀ। ਨਾਲੇ ਚਾਹ ਚੂ ਬਣਾ। ਕੋਈ ਗੱਲ ਨਹੀਂ, ਹੋਰ ਵੱਡਾ ਭਾਈ ਆ ਕਰਮਜੀਤ ਆਪਣਾ। ਨਹੀਂ ਮੈਂ ਦੁੱਧ ਬਣਾ ਕੇ ਲੈ ਕੇ ਆਉਂਦੀ। ਨਾਲੇ ਪਾਣੀ ਲਿਆਈ ਪਹਿਲਾਂ, ਚੰਗਾ? ਹਾਂਜੀ ਹਾਂਜੀ। ਚੱਲ ਠੀਕ ਆ ਠੀਕ ਆ, ਪਾਣੀ ਲਿਆ ਠੰਡਾ ਜਾ। ਹਾਂਜੀ ਲੈ ਕੇ ਆਈ। ਉਹ ਹੋਰ ਦੱਸ। ਉਹ ਹੋਰ ਵਧੀਆ, ਤੂੰ ਦੱਸ ਕਿਵੇਂ ਆ? ਘਰ ਪਰਿਵਾਰ ਸਭ ਠੀਕ ਠਾਕ ਨੇ? ਬੇਬੇ ਬਾਪੂ ਠੀਕ ਆ? ਉਹ ਜਮਾ ਤਗੜਿਆ। ਹੋਰ ਤਾਂ ਤੇਰਾ ਹਾਲ ਚਾਲ ਪੁੱਛਣ ਆ ਗਿਆ। ਚੱਲ ਵਧੀਆ ਕੀਤਾ। ਹੋਰ ਭਰਾਈ ਭਰਾਵਾਂ ਦੀਆਂ ਵਾਹਾਂ ਹੁੰਦੇ ਆ। ਇਹਦਾ ਹੈ, ਹੁਣ ਕੀ ਕੰਮ ਕਰ ਰਿਹਾ ਤੇਰਾ ਫਿਰ? ਉਹ ਕੰਮ ਕਰ ਤਾਂ ਚਲਾਉਣੇ ਆ ਕੋਈ, ਜਾਂ ਤਾਂ ਮੇਰਾ ਇਰਾਦਾ ਸੀਗਾ ਮੁਰਗੀ ਫਾਰਮ ਜਾ ਖੋਲ ਕੇ, ਜਾਂ ਹਾਂ ਬੱਕਰੀ ਫਾਰਮ ਜਾ ਖੋਲ ਕੇ, ਕਹਿੰਦੇ ਵਧੀਆ ਪੈਸਾ ਇਹਦੇ ਚ। ਅੱਛਾ। ਨਾਲੇ ਮੈਨੂੰ ਇੱਕ ਬੰਦੇ ਦੀ ਲੋੜ ਆ, ਮੈਂ ਕਹਿੰਦਾ ਯਾਰ ਤੂੰ ਵੀ ਵਿਹਲਾ ਹੀ ਆ, ਸਾਂਝਾ ਕਰ ਲੈਨੇ ਆ। ਲੈ ਫਿਰ ਹੋਰ ਮੇਰੀ ਗੱਲ ਸੁਣ, 70% ਮੇਰਾ, ਤੂੰ ਕੋਈ ਪੈਸਾ ਨਾ ਲਾਈ, 30% ਤੈਨੂੰ ਦੇ ਜਾਊਂਗਾ, ਮੈਨੂੰ ਯਕੀਨ ਆ ਨਾ ਤੇਰੇ ਤੇ। ਉਹ ਕੋਈ ਗੱਲ ਨਹੀਂ, ਤੇਰੇ ਤੇ ਹੈਗਾ ਰੱਬ ਜਿੱਡਾ ਵਿਸ਼ਵਾਸ ਯਾਰ। ਬਸ ਕੋਈ ਗੱਲ ਨਹੀਂ, ਫਿਰ ਜਿਵੇਂ ਮਰਜ਼ੀ ਕਰ ਲਈ, ਕੋਈ ਟੈਨਸ਼ਨ ਹੀ ਨਹੀਂ ਯਾਰ। ਬਸ ਠੀਕ ਆ, ਹੋਰ ਕੰਮ ਹੈ? ਆ ਗਈ ਤੇਰੀ ਭਰਜਾਈ ਪਾਣੀ ਲੈ ਕੇ। ਇਹ ਤਾਂ ਵਧੀਆ ਹੈ। ਕੀ ਗੱਲਾਂ ਕਰ ਰਹੇ ਸੀ? ਉਹ ਕੁਛ ਨਹੀਂ, ਆਪਾਂ ਉਹ ਨਹੀਂ ਕੰਮ ਚਲਾਉਣਾ ਗਾ ਮੁਰਗੀ ਫਾਰਮ ਜਿਹਾ ਤੇ ਬੱਕਰੀ ਦਾ। ਮੈਂ ਕਿਹਾ ਵੀ ਇਹਨੂੰ ਹਿੱਸੇਦਾਰ ਬਣਾ ਲਈਏ, ਯਾਰ ਮਿੱਤਰ ਆ ਫਿਰ ਵੀ। ਇਹ ਤਾਂ ਬਹੁਤ ਵਧੀਆ ਗੱਲ ਹੈਗੀ। ਫਿਰ ਉਹੀ ਗੱਲ ਸੀਗੀ, ਮੈਂ ਕਿਹਾ 30% ਤੈਨੂੰ ਦੇ ਜਾਊਂਗਾ, ਪੈਸਾ ਬਾਪੂ ਕਹਿੰਦਾ ਸੀ ਸਾਰਾ ਮੈਂ ਲਾ ਦੂੰਗਾ। ਸਹੀ ਗੱਲ ਆ, ਨਾਲੇ ਇਹਨਾਂ ਦੇ ਤਾਂ ਭਰੋਸਾ ਵੀ ਹੈਗਾ, ਤੇ ਹੋਰ ਨੂੰ ਆਪਾਂ ਕਿਸੇ ਨੂੰ ਲਾਵਾਂਗੇ, ਆਪਾਂ ਕਿਹੜਾ ਕਿਸੇ ਨੂੰ ਚੰਗੀ ਤਰ੍ਹਾਂ ਜਾਣਦੇ। ਸਹੀ ਗੱਲ ਆ, ਇਹਦੇ ਤੇ ਯਕੀਨ ਆ ਹੁਣ, ਰੱਬ ਜਿੱਡਾ ਵਿਸ਼ਵਾਸ ਹੈ ਇਹਦੇ ਤੇ। ਆਪਾਂ ਕਿਹੜਾ ਕਿਸੇ ਦੇ ਦਿਲ 'ਚ ਬੜੇ ਹੁੰਨੇ ਆਂ ਜੀ, ਕੌਣ ਕਿੱਦਾਂ ਦਾ ਵੀ। ਚਲ ਐਂ ਕਰ, ਚਾਹ ਬਣਾ ਲਾ ਘੁੱਟ। ਦੁੱਧ ਰੱਖ ਕੇ ਆਈ ਆਂ ਜੀ ਬਣੀ। ਦੁੱਧ ਰੱਖ,
ਚੱਲ ਠੀਕ ਆ, ਕਰਦਾ ਮੈਂ ਬਾਪੂ ਨਾਲ ਰਹਿ। ਤੇਰੀ ਤਾਂ ਘਮੋ ਰਹਿ ਹੀ ਆ ਨਾ। ਮੈਂ ਤਾਂ ਤੁਹਾਡੇ ਨਾਲ, ਜਿਵੇਂ ਤੁਸੀਂ ਕਹੋਗੇ ਉਵੇਂ ਕਰ ਲਾਂਗੇ। ਬਸ ਠੀਕ ਆ, ਕਰਮੇ ਜੀ ਤਾਂ ਮੈਂ ਬਾਪੂ ਨਾਲ ਰਹਿ ਕਰ ਲਾਂ। ਠੀਕ ਆ, ਫਿਰ ਆਪਾਂ ਦੋ ਚਾਰ ਦਿਨਾਂ 'ਚ, ਵੱਧ ਤੋਂ ਵੱਧ 10-15 ਦਿਨ ਲਾਸਟ ਚਲਾ ਹੀ ਲੈਂਦੇ ਹਾਂ ਕੰਮ। ਨਾਲੇ ਤੇਰਾ ਘਰ ਦਾ ਖਰਚਾ ਵਧੀਆ ਚੱਲੀ ਜਾਊਗਾ, ਨਾਲੇ ਮੇਰਾ। ਜਦੋਂ ਹੌਲੀ ਹੌਲੀ ਚੱਲ ਪਿਆ ਨਾ ਕੰਮ, ਆਪਾਂ ਤਾਂ ਕਰੋੜਾਂ ਰੁਪਈਆਂ ਦੇ ਮਾਲਕ ਬਣ ਜਾਵਾਂਗੇ। ਚੱਲ ਠੀਕ ਹੈ, ਹਾਲੇ ਕੰਮ ਛੇਤੀ ਗੱਲ ਕਰੀ ਨਾਲੇ। ਮੈਂ ਕਹਿੰਦਾ ਕੋਈ ਚੱਕਰ ਨਹੀਂ, ਕੰਮ ਭਾਲਣਾ ਤੇਰੇ ਨਾਲ। ਕੋਈ ਚੱਕਰ ਨਹੀਂ। ਤੇ ਕਮੋ ਚਾਹ ਲਿਆ ਫਿਰ ਘੁੱਟ। ਬਾਹਰੀ ਆ ਜਾਓ, ਉੱਥੇ ਬਹਿ ਕੇ ਪੀਨੇ ਆਪਾਂ। ਬਾਹਰੀ ਚੱਲੀਏ, ਚੱਲ ਆ ਜਾ ਬਾਹਰੀ, ਹਵਾ ਹਾਰੇ ਬਹਿੰਦੇ ਆ। ਏਸੀ 'ਚ ਬਹਿ ਕੇ ਵੀ ਬੜਾ ਸਰੀਰ ਜਿਹਾ ਹੀ ਟੁੱਟਦਾ ਰਹਿੰਦਾ। ਹਾਂ ਇਹ ਤਾਂ ਗੱਲ ਹੈਗੀ ਆ। ਉਹ ਤਾਇਆ ਤੂੰ ਵੀ ਅੰਦਰ ਬਹਿ ਜਾ ਕਰ ਏਸੀ ਥੱਲੇ, ਹੈ ਇੱਥੇ ਧੁੱਪੇ ਬੈਠਾ ਰਹਿਣਾ, ਅਸੀਂ ਉਹ ਗਰਮ ਹੋ ਜਾਂਦਾ ਛੇਤੀ। ਉਹ ਮੈਂ ਕਾਹਨੂੰ ਗਰਮ ਹੁੰਦਾ, ਆਹ ਤੁਹਾਡੇ ਵਰਗੇ ਕਰ ਦਿੰਦੇ ਮੈਨੂੰ ਗਰਮ। ਅੱਜ ਜਦੋਂ ਤੁਸੀਂ ਐਂ ਗੱਲਾਂ ਕਹਿੰਦੇ ਨਾ, ਉਦੋਂ ਮੈਂ ਜ਼ਿਆਦਾ ਗਰਮ ਹੁੰਦਾਗਾ। ਲੈ ਤਾਇਆ ਸਾਥੋਂ ਕੀ ਗਲਤੀ ਹੋਈ ਆ, ਹੈ ਇਹੋ ਜਿਹੀਆਂ ਕੀ ਗੱਲਾਂ ਕਰਤੀਆਂ ਸੀ। ਅਸੀਂ ਤਾਂ ਉਹ ਆਪਣਾ ਸਨੀ ਆ ਯਾਰ ਦੋਸਤ, ਉਹਨੂੰ ਮਿਲਣ ਆ ਗਏ। ਉਹ ਮਿਲਣ ਤਾਂ ਆ ਜੇ, ਜੇ ਬੰਦਾ ਮਿਲਣ ਜਾ ਜੇ ਫਿਰ ਤਾਂ ਕੋਈ ਡਰ ਨਹੀਂ ਹੁੰਦਾ, ਉਹ ਤਾਂ ਸਾਰੇ ਹੀ ਆਉਂਦੇ ਆ। ਬਾਕੀ ਸਿਰੇ ਤੂੰ ਗੱਲ ਕਹਿੰਦਾ ਸੀ ਇਹ ਬਾਹਰ ਬੈਠਣ ਵਾਲੀ, ਬਾਹਰ ਬੈਠ ਕੇ ਤਾਂ ਸਾਰਿਆਂ ਨਾਲ ਵਧੀਆ ਰਹਿੰਦਾ ਗਾ, ਬੰਦਾ ਬਿਮਾਰ ਨਹੀਂ ਹੁੰਦਾ। ਉਹਦੇ ਥੱਲੇ ਵੜਤਾ ਜਾਂਦੇ ਹੋ, ਜਦੋਂ ਬੰਦਾ ਬਾਹਰ ਨਿਕਲਦਾ ਨਾ, ਨਾਲ ਦੀ ਨਾਲ ਬੁਖਾਰ ਹੋ ਜਾਂਦਾ। ਉਹ ਵਾਹ ਤਾਇਆ, ਮੈਨੂੰ ਪਤਾ ਹੁਣ ਤੇਰਾ ਸਰੀਰ ਬੁੜਾ ਹੋ ਗਿਆ, ਹੈਂ ਨਾਲੇ ਆਹ ਏਸੀ ਥੱਲੇ ਹੱਡ ਜੁੜ ਜਾਂਦੇ ਆ। ਉਹ ਚੰਗਾ ਤਾਇਆ, ਨਾਲੇ ਗੱਲ ਸੁਣ ਮੇਰੀ, ਮੈਂ ਇੰਨਾ ਵੀ ਬੁੱਢਾ ਨਹੀਂ ਹੋਇਆ, ਆ ਤੇਰੇ ਆ ਕੇ ਨੂੰ ਮੈਂ ਨਾ ਕਸ਼ ਚ ਲੈ ਕੇ ਮਾਰ ਦਿਆਂ, ਇੰਨੀ ਜਾਣਾ ਮੇਰੇ 'ਚ। ਚੰਗਾ ਤਾਇਆ, ਤੂੰ ਤਾਂ ਨਾ ਆਪਦੀਆਂ ਗੱਲਾਂ ਛੱਡੇਗਾ। ਆਪਦੀਆਂ ਗੱਲਾਂ ਕਰੂੰ, ਭਾ ਕੇ ਗੱਚ ਮੁੱਕਾ ਜਾ ਘੇਰੀ ਗੱਗੂ ਗੱਲ ਬਣ ਜਾਂਦੇ ਆ। ਕੋਈ ਨਹੀਂ, ਚੜੀ ਸਹੀ ਤੂੰ ਮੇਰੇ ਕਿਤੇ ਡਿੱਕੇ, ਫਿਰ ਤੈਨੂੰ ਮੈਂ ਪੁੱਛੂੰਗਾ। ਸਤਿ ਸ੍ਰੀ ਅਕਾਲ ਭਾਬੀ ਜੀ। ਸਤਿ ਸ੍ਰੀ ਅਕਾਲ, ਤਾਂ ਤੇਰੀ ਠੀਕ ਹੈ, ਤੂੰ ਕਿਵੇਂ ਆਇਆ ਸੀ? ਉਹ ਲੈ ਭਾਬੀ ਕਿਵੇਂ ਆਇਆ ਸੀ, ਕਹਿੰਦੀ ਆਹ ਤਾਂ ਸਨੀ ਨੇ ਬੁਲਾਇਆ ਸੀ ਮੈਨੂੰ, ਕੋਈ ਕੰਮ ਸ਼ੁਰੂ ਕਰਨਾ ਸੀ ਨਾ। ਇਹੋ ਜਿਹਾ ਕਿਹੜਾ ਕੰਮ ਹੈ ਜਿਹੜਾ ਉਹ ਤੇਰੇ ਨਾਲ ਕੰਮ ਸ਼ੁਰੂ ਕਰੂਗਾ? ਉਹ ਲੈ ਭਰਜਾਈ, ਹੈ ਉਹ ਤਾਂ ਕਹਿੰਦਾ ਇੱਕ ਉਹ ਬੱਕਰੀਆਂ ਪਾਲਣ ਵਾਲਾ ਕੰਮ ਸ਼ੁਰੂ ਕਰਨਾ ਸੀ, ਨਾਲੇ ਸਰਕਾਰ ਉਹਦੇ ਪੈਸੇ ਦਿੰਦੀ ਹੈ। ਬੱਕਰੀਆਂ ਪਾਲਣ ਵਾਲਾ? ਹਾਂ। ਹੁਣ ਇਹ ਕੰਮ ਚਲਾਊਗਾ? ਲੈ ਚਲਾਉਣ ਨੂੰ ਕਿਹੜਾ ਭਾਬੀ, ਕੰਮ ਛੋਟਾ ਕੋਈ ਹੁੰਦਾ ਹੈ? ਕੰਮ ਤਾਂ ਕੋਈ ਛੋਟਾ ਵੱਡਾ ਨਹੀਂ ਹੁੰਦਾ। ਫੇਰ ਨਾਲੇ ਸਾਡਾ ਦੋਨਾਂ ਦਾ ਜੀ ਲੱਗਿਆ ਰਹੂਗਾ, ਹੈ? ਹਾਂ ਹਾਂ, ਉਹ ਤਾਂ ਮੈਂ ਦੇਖ ਹੀ ਲਿਆ। ਚੱਲ ਚੰਗਾ ਭਰਾਈ, ਮੈਨੂੰ ਥੋੜਾ ਜਿਹਾ ਕੰਮ ਸੀਗਾ, ਫਿਰ ਮਿਲਦਾ ਮੈਂ ਤੁਹਾਨੂੰ ਆ ਕੇ। ਚੰਗਾ, ਸਤਿ ਸ੍ਰੀ ਅਕਾਲ। ਪਤਾ ਨਹੀਂ ਕਿਹੋ ਜਿਹਿਆਂ ਨੂੰ ਘਰੇ ਬਾੜਦਾ, ਮੈਨੂੰ ਤਾਂ ਇਹਦੀ ਨਿਗਾਹ ਜਮੀ ਠੀਕ ਜਿਹੀ ਵੀ ਨਹੀਂ ਲੱਗਦੀ, ਝਾਕਣੀ ਤੋਂ ਇੰਨਾ ਡਰ ਲੱਗਦਾ ਜਿੰਨਾ ਵੀ ਕਹਿਦੇ। ਨਿੱਤ ਨਵੇਂ ਤੋਂ ਨਵੇਂ ਨਾਲ ਜਹਾਜ਼ਾਂ ਪਾਉਂਦੇ ਨੇਗੇ। ਚੱਲ ਮੈਂ ਕੀ ਲੈਣਾ, ਕੁਛ ਮਰਜ਼ੀ ਕਰਨ, ਮੈਂ ਆਪਦਾ ਕੰਮ ਕਰਾਂ। ਪੇਮੈਂਟ ਆਈ ਨਹੀਂ ਯਾਰ, ਕੀ ਕਰੀ ਜਾਂਦੇ ਹੋਗੇ? ਕਰਨਾ ਕੀ ਆ, ਅੱਜ 4 ਦਿਨ ਹੋ ਗਏ ਲਾਰੇ ਲਾਉਂਦੇ ਨੂੰ, ਵੀ ਅੱਜ ਪਾਉਣੇ ਪੈਸੇ ਅੱਜ ਪਾਉਣੇ, ਅੱਜ ਤੱਕ ਪੈਸੇ ਪਾਏ ਹੀ ਨਹੀਂ। ਕੋਈ ਨਾ ਜਾਣਗੇ, ਇੰਨੇ ਵੀ ਕਾਹਦੀ ਕਾਹਲੀ, ਜਦੋਂ ਆ ਗਏ ਉਹਦੀ ਲੱਗ ਜਾਣਗੇ, ਪਏ ਨੇ ਸਮੇਂ ਪਏ ਰਹਿੰਦੇ। ਤੇ ਨਾਲੇ ਸੱਚ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀਗੀ। ਆਪਣਾ ਛੋਟਾ ਨੀ? ਹਾਂ। ਕੋਈ ਬਿਜ਼ਨਸ ਤੋਰਦਾ ਹੈਗਾ? ਬਿਜ਼ਨਸ? ਹਾਂ। ਉਹ ਚੱਲ ਆ ਤੇ ਬਾਲੀ ਵਧੀਆ ਗੱਲ ਸੁਣਾਈ ਆ ਤੈਨੂੰ, ਤੇਰੇ ਮੂੰਹ ਚ ਕਿਉਂ ਸ਼ੱਕਰ, ਰੋਜ਼ ਹੀ ਕਹਿ ਦਿੰਦੇ ਸੀ ਕੰਮ ਨਹੀਂ ਕਰਦਾ ਕੰਮ ਨਹੀਂ ਕਰਦਾ, ਚੱਲ ਆ ਤੇ ਵਧੀਆ ਬਿਜ਼ਨਸ ਕਰਨ ਲੱਗਿਆ, ਚੱਲ ਰੱਬ ਨੇ ਵਧੀਆ ਸੁਣ ਲਈ ਆਪਾਂ ਦੀ। ਪਤਾ ਤੈਨੂੰ ਕਾਹਦਾ ਕਰਨ ਲੱਗਿਆ ਹੈਗਾ? ਕਾਹਦਾ ਕਰਨ ਲੱਗਿਆ? ਬੱਕਰੀਆਂ ਦਾ। ਓ ਆਹ ਤੇ ਬੜਾ ਵਧੀਆ ਕੰਮ ਹੈ, ਆਹ ਤੇ ਬੜਾ ਵਧੀਆ ਕੰਮ ਹੈ, ਉਹ ਨਾਲੇ ਸਰਕਾਰ ਸਬਸਿਡੀ ਦਿੰਦੀ ਆ,
ਉਹ ਲਾਉਣ ਕਰਾ ਲਾ ਹੈ ਸਬਸਿਡੀ ਦੇ ਤੂੰ ਮਾਰ ਗੋਲੀ ਤੈਨੂੰ ਐਂ ਵੀ ਪਤਾ ਕਿਹਦੇ ਨਾਲ ਕਰਦਾ ਹੈਗਾ ਉਹ ਯਾਰ ਕੰਮ ਤੇ ਕਿਹਦੇ ਮਰਜ਼ੀ ਨਾਲ ਕਰੇ ਬਸ ਕੰਮ ਕਰਨ ਲੱਗ ਜੇ ਹੈ ਉਹ ਰੋਜ਼ ਮਿਹਨਤ ਬਚ ਜੂਗਾ ਵਿਚਾਰਾ ਮੈਂ ਤੈਨੂੰ ਐਂ ਕਹਿੰਦੀ ਹੈ ਵੀ ਤੈਨੂੰ ਐਂ ਵੀ ਪਤਾ ਵੀ ਕੰਮ ਕਿਹਦੇ ਨਾਲ ਸ਼ੁਰੂ ਕਰਨ ਲੱਗਿਆ ਉਹ ਕਿਹਦੇ ਨਾਲ ਕਰਨ ਲੱਗਿਆ ਕਰਮਜੀਤ ਨਾਲ ਕਰਮਜੀਤ ਨਾਲ ਉਹ ਫੇਰ ਕੀ ਹੋ ਗਿਆ ਤਾਂ ਕਰਮਜੀਤ ਨਾਲ ਕਰ ਲੈ ਬੰਦਾ ਇੱਕ ਅੱਧਾ ਚਾਹੀਦਾ ਨਾਲ ਨਾਲੇ ਉਹਦਾ ਦੋਸਤ ਆ ਉਹ ਦੋਸਤ ਤਾਂ ਹੈਗਾ ਤੈਨੂੰ ਐਂ ਪਤਾ ਬੇਬੇ ਨੇ ਬਾਪੂ ਨੇ ਕਰਮਜੀਤ ਨੂੰ ਘਰੇ ਆਉਣ ਤੋਂ ਮਨਾ ਕੀਤਾ ਹੋਇਆ ਹੈਗਾ ਮਨਾ ਕੀਤਾ ਹਾਂ ਕਿਉਂਕਿ ਬਾਪੂ ਨੇ ਨਾ ਉਹਨੂੰ ਕਿਤੇ ਦੇਖਿਆ ਹੋਣਾ ਹੈਗਾ ਬਾਪੂ ਨੇ ਉਹਦੇ ਆਉਣ ਸਾਰੇ ਘਰੇ ਕਿਹਾ ਕਹਿੰਦਾ ਕਰਮਜੀਤ ਆਪਣੇ ਘਰੇ ਨੀ ਦਿਖਣਾ ਚਾਹੀਦਾ ਯਾਰ ਬਾਪੂ ਤੋਂ ਹੀ ਕਰਦਾ ਰਹਿੰਦਾ ਉਹਦਾ ਦੋਸਤ ਆ ਯਾਰ ਹੁਣ ਦੋਨੇ ਦੋਸਤ ਦੋਸਤ ਕੰਮ ਕਰ ਲੈਣਗੇ ਵਧੀਆ ਤੈਨੂੰ ਤਾਂ ਨਾ ਸਾਰੇ ਵਧੀਆ ਲੱਗਦੇ ਨੇਗੇ ਤੇ ਜੇ ਹੁਣ ਮੈਂ ਕੋਈ ਗੱਲ ਦੱਸੂਗੀ ਤਾਂ ਉਹਦੇ ਵੀ ਯਕੀਨ ਨਹੀਂ ਕਰਨਾ ਆਇਆ ਸੀਗਾ ਹਾਂ ਐਂ ਝਾਕਦਾ ਸੀ ਕੌੜ ਕੌੜ ਜਿਵੇਂ ਕੋਈ ਮੱਝ ਝਾਕਦੀ ਹੁੰਦੀ ਆ ਝਾਕਣੀ ਵੀ ਨੀ ਵਧੀਆ ਹੈਗੀ ਉਹ ਝਾਕਣੀ ਕਈ ਬੰਦੇ ਨੇ ਉਹੀ ਹੁੰਦੀ ਆ ਉਹ ਤੂੰ ਭਾਬੀ ਲੱਗਦੀ ਆ ਉਹ ਤੈਨੂੰ ਮਜ਼ਾਕ ਕਰ ਗਿਆ ਹੋਊਗਾ ਨਾਲੇ ਉਹ ਡਰ ਚੰਨੇ ਤੂੰ ਤੇ ਸੱਚੀ ਤੁਸੀਂ ਤਾਂ ਨਾ ਦੋਨੇ ਭਾਈਆਂ ਦਾ ਥੋੜਾ ਜਮਾ ਸਰਿਆ ਪਿਆ ਹੈਗਾ ਹੁਣ ਤਾਂ ਜੇ ਸਿੱਧੀ ਮੱਤ ਦੇਵਾਂਗੇ ਉਸ ਤਾਂ ਪੁੱਠੀ ਹੋ ਮੰਨਣਾ ਹੈਗਾ ਉਹਨੂੰ ਕਿਤੇ ਸਿੱਧੀ ਆਖਣਾ ਹੀ ਨਹੀਂ ਬੇਬੇ ਨੇ ਬਾਪੂ ਨੇ ਇਹ ਗੱਲ ਕਹੀ ਹੈਗੀ ਵੀ ਉਹ ਗੇਟੋਂ ਬਾਹਰ ਹੋਣਾ ਚਾਹੀਦਾ ਕਿਤੇ ਕੰਮ ਆਉਂਦਾ ਕੁਛ ਵੀ ਕਰਨ ਆਉਂਦਾ ਉਹਨੂੰ ਬਾਹਰ ਚੋਂ ਮੋੜ ਦੋ ਉਹ ਘਰੇ ਨਹੀਂ ਹੈਗਾ ਉਹ ਤੇਰੀ ਗੱਲ ਠੀਕ ਹੈ ਉਹ ਮਸਾਂ ਤਾਂ ਕੰਮ ਕਰਨ ਲੱਗਾ ਸੀ ਹੁਣ ਫੇਰ ਤੁਸੀਂ ਰੋਕ ਦੋ ਰੋਕਣ ਨੂੰ ਨਾ ਕਿਸੇ ਦਾ ਜੀ ਨਹੀਂ ਕਰਦਾ ਕੰਮ ਕਰਨਾ ਜੀ ਸਦਕੇ ਕਰੇ ਪਰ ਕੋਈ ਵਧੀਆ ਜੇ ਨਾਲ ਕਰੇ ਜਿਹਦਾ ਸਾਥ ਚੱਜਦਾ ਹੋਵੇ ਤੇ ਦੋ ਬੰਦੇ ਵੀ ਵਧੀਆ ਕਹਿਣ ਉਹ ਤੇਰੀ ਗੱਲ ਠੀਕ ਆ ਹੁਣ ਕੀਤਾ ਕੀ ਜਾਵੇ ਤੂੰ ਸਮਝਾ ਸਕਦਾ ਹੈਗਾ ਉਹ ਮੇਰੀ ਗੱਲ ਕਦੋਂ ਮੰਨਦਾ ਜੇ ਮੇਰੀ ਗੱਲ ਮੰਨਦਾ ਹੁੰਦਾ ਮੇਰੇ ਨਾਲ ਨਾ ਕਰ ਲੈਂਦਾ ਕੰਮ ਹੈ ਫਿਰ ਦੇਖ ਗੁੱਸਾ ਕਰ ਕਿੱਲਾ ਕਰ ਮੈਨੂੰ ਤਾਂ ਨਾ ਇਸ ਘਰ ਦੇ ਵਿੱਚ ਕਰਮਜੀਤ ਆਉਣੇ ਦਾ ਜਮੀ ਪਸੰਦ ਨਹੀਂ ਹੈਗਾ ਉਹਦਾ ਆਉਣਾ ਜਾਣਾ ਚੱਲ ਤੂੰ ਫਿਕਰ ਨਾ ਕਰ ਮੈਂ ਬਾਪੂ ਨੂੰ ਕਹਿ ਦੂੰਗਾ ਬਾਪੂ ਆਪੇ ਸਮਝਾ ਦੂਗਾ ਉਹ ਜਦੋਂ ਮੈਂ ਉਹਨੂੰ ਜਾ ਕੇ ਕਹਿ ਨਾ ਵੀ ਕਰਮਜੀਤ ਨਾਲ ਕੰਮ ਨਾ ਕਰ ਹੈ ਉਹਦੀ ਮੈਨੂੰ ਪੁੱਠਾ ਬੋਲਣਾ ਉਹਨੇ ਵੀ ਤੈਨੂੰ ਵਧੀਆ ਨਹੀਂ ਲੱਗਦਾ ਵੀ ਮੇਰੀ ਚੜ੍ਹਾਈ ਹੋਵੇ ਤੂੰ ਮੱਚਦਾ ਮੇਰੀ ਚੜ੍ਹਾਈ ਤੋਂ ਤੈਨੂੰ ਪਤਾ ਤਾਂ ਹੈਗਾ ਉਹਦਾ ਨਾਲ ਸੁਭਾਅ ਕਿਹਾ ਜਾ ਉਹਦਾ ਹਾਂ ਉਹ ਹੈ ਕਹਿ ਕੇ ਸਾਰਦਾ ਨੂੰ ਤੈਨੂੰ ਪਤਾ ਹੈਗਾ ਉਹਦਾ ਕਿਹਾ ਜਾ ਸੁਭਾਅ ਤੁਸੀਂ ਤਾਂ ਕਿਤੇ ਮੰਨੀ ਹੋਈ ਨਹੀਂ ਤੇ ਨਾ ਹੀ ਨਾ ਕਿਤੇ ਜ਼ਿੰਦਗੀ ਚ ਮੰਨਣੀ ਹੈਗੀ ਬਸ ਹੁਣ ਮੈਨੂੰ ਨਾ ਕਹਿ ਜੋ ਕੁਛ ਕਹਿਣਾ ਨਾ ਹੁਣ ਬਾਪੂ ਨੂੰ ਜਾ ਕੇ ਕਹਿ ਦੀ ਮੈਂ ਤੁਹਾਡੀਆਂ ਅੱਜ ਤੱਕ ਇਹੀ ਸੁਣਦੀ ਆਈ ਹੈਗੀ ਚੰਗੀ ਮੱਤ ਦਿੰਦੀ ਆ ਉਹ ਵੀ ਬੁਰੀ ਲੱਗਦੀ ਆ ਤੁਹਾਨੂੰ ਜੇ ਮੈਂ ਜਾ ਕੇ ਕਹਿਣਾ ਸਨੀ ਉਹਦੇ ਨਾਲ ਕੰਮ ਨਾ ਕਰ ਉਹ ਅੱਡ ਲੜੂਗਾ ਮੇਰੇ ਨਾਲ ਵੀ ਮੈਂ ਮਸਾਂ ਕੰਮ ਕਰਨ ਲੱਗਿਆ ਹੁਣ ਤੂੰ ਲੱਤ ਡਾ ਦੇ ਪਹਿਲਾਂ ਨੰਨਾ ਪਾ ਦੇ ਚੱਲ ਮੈਂ ਬਾਪੂ ਨਾਲ ਗੱਲ ਕਰਦਾ ਜਾਂ ਬੇਬੇ ਨਾਲ ਗੱਲ ਕਰਦਾ ਨਾ ਬੇਬੇ ਨਾਲ ਗੱਲ ਕਰਦਾ ਬੇਬੇ ਆਪੀ ਸਮਝਾਊਗੀ ਹਾਂ ਐਂ ਬਣੂ ਗੱਲ ਅਮਨ ਪੱਤਾ ਤੂੰ ਮੈਨੂੰ ਚਾਹ ਬਣਾ ਕੇ ਦੇ ਘੁੱਟ ਕਾ ਹੋਰ ਬਣਾ ਮੇਰਾ ਸ਼ੇਰ ਨਾਲੇ ਉਹਦੇ ਨਾਲ ਵੀ ਕਰਦਾ ਜੇ ਗੱਲ ਬਾਪੂ ਓਏ ਕਿਵੇਂ ਅੰਦਰ ਆਏਗਾ ਮਾੜਾ ਜਿਹਾ ਕੀ ਗੱਲ ਇੱਥੇ ਬਹਿ ਜਾ ਇੱਥੇ ਨਹੀਂ ਬਹਿਣਾ ਤੇਰੇ ਨਾਲ ਜ਼ਰੂਰੀ ਗੱਲ ਕਰਨੀ ਹੈ ਜਿਹੜਾ ਆਪਾਂ ਕੰਮ ਬਾਰੇ ਗੱਲ ਕਰਨੀ ਸੀ ਉਹ ਕਰਨੀ ਆ ਜਾ ਇੱਥੇ ਪਰ ਆਪਣੇ ਘਰੇ ਕੋਈ ਹੈਗਾ ਉਹ ਯਾਰ ਹੈ ਨਹੀਂ ਹੈਗਾ ਅੰਦਰ ਏਸੀ ਥੱਲੇ ਬਹਿ ਕੇ ਕਰਦੇ ਆ ਇਹ ਤਾਂ ਤੂੰ ਤਾਂ ਧੁੱਪੇ ਹੀ ਬੈਠਾ ਰਹਿਣਾ ਉਹ ਵਧੀਆ ਲੱਗਦਾ ਇੱਥੇ ਉਹ ਜਿਹਾ ਸਰੀਰ ਬਣ ਜਾਊਗਾ ਜਿੱਲਾ
ਆਜਾ ਬੈਠ ਇੱਥੇ, ਤੇਰੇ ਨਾਲ ਜ਼ਰੂਰੀ ਗੱਲ ਕਰਨੀ ਆ ਮੈਂ। ਹਾਂ ਦੱਸ ਕੀ ਜ਼ਰੂਰੀ ਕਰਨੀ ਆ। ਪਹਿਲਾਂ ਤੂੰ ਇਹ ਕਹਿੰਦਾ ਸੀ ਵੀ ਬੰਦਾ ਨਹੀਂ ਮਿਲਣਾ ਕੋਈ ਇਮਾਨਦਾਰ, ਠੀਕ ਹੈ ਨਾ, ਵੀ ਕੰਮ ਕੀ ਚਲਾਏਗਾ। ਮੈਂ ਖੋਲਣਾ ਮੁਰਗੀ ਫਾਰਮ ਤੇ ਜਾਂ ਬੱਕਰੀ ਫਾਰਮ, ਜਿਹਨੂੰ ਗੋਡ ਫਾਰਮ ਕਹਿੰਦੇ ਆ, ਠੀਕ ਆ। ਹੋਰ ਨਾ ਚੰਗੀ ਗੱਲ ਆ, ਰੁਪਿਆ ਲੱਗੂਗਾ 10 ਲੱਖ, ਉਹ ਵੀ ਲਾ ਦਿਆਂਗੇ। ਹਾਂ ਤੇ ਦੂਜਾ ਪਾਰਟਨਰਸ਼ਿਪ ਪਹਾ ਜਿਹੜਾ ਬੰਦਾ ਰੱਖਣਾ ਨਾਲ ਪਾਰਟਨਰਸ਼ਿਪ, ਉਹ ਆਪਾਂ ਆਹ ਜਿਹੜਾ ਮੁੰਡਾ ਆਇਆ ਸੀ ਕਰਮਜੀਤ, ਇਹਦੇ ਨਾਲ ਕਰਨੀ ਆ। ਆ ਜਾ ਹੁਣ ਗਿਆ ਗਾ। ਹਾਂ ਤੈਨੂੰ ਹੋ ਕੀ ਗਿਆ ਤੈਨੂੰ? ਕਿਉਂ ਮੈਨੂੰ? ਤੈਨੂੰ ਬੰਦੇ ਬੰਦੇ ਦੀ ਪਰਖਣੀ। ਆਹ ਜਿਹੜੀ ਦਾੜੀ ਆਈ ਨਾ, ਹਵਾ ਨਾਲ ਨੀ ਆਈ ਸੀ ਵੀ ਹਵਾ ਦਾ ਬੋਲਾ ਵਿੱਚ ਆ ਕੇ ਬੰਦੇ ਤਾਂ ਆ ਗਈ, ਇਹ ਉਮਰ ਦੇ ਹਿਸਾਬ ਨਾਲ ਆਉਂਦੀ ਹੈ। ਤੈਨੂੰ ਬੰਦੇ ਬੰਦੇ ਦੀ ਪਰਖੀ ਨੀ? ਕਿਉਂ ਬਾਪੂ, ਮੈਨੂੰ ਤਾਂ ਰੱਬ ਜਿੱਡਾ ਯਕੀਨ ਆ ਉਹਦੇ ਤੇ, ਹੈ ਮੇਰੇ ਨਾਲ ਪੜਿਆ, ਇਕੱਠੇ ਖੇਡੇ ਆ, ਇਕੱਠੇ ਵੱਡੇ ਹੋਏ ਆ ਅਸੀਂ, ਮੈਨੂੰ ਤਾਂ ਪਤਾ ਨੀ ਲੱਗਿਆ ਵੀ ਕੀ ਕਾਣ ਆ ਉਹਦੇ 'ਚ। ਨਾਲੇ ਦੂਜੀ ਗੱਲ, ਬੰਦੇ ਦਾ ਹਰੇਕ ਨੂੰ ਤੂੰ ਤਾਂ ਮਾੜਾ ਕਹਿ ਦਿੰਦਾ, ਤੂੰ ਉਹਦਾ ਕੀ ਚੰਗਾ ਮਾੜਾ ਦੇਖ ਲੈ। ਵਾਹ ਵਾਹ, ਆਹ ਦੇਖ ਮੇਰਾ ਪੁੱਤ ਵੱਡਾ ਹੋ ਗਿਆ, ਕਮਾਲ ਕਰੀ ਜਾਂਦਾ ਗਾ। ਉਹਦੇ ਤਾਂ ਤੈਨੂੰ ਯਕੀਨ ਨੀ ਹੋ ਗਿਆ, ਜਿਹੜਾ ਖੁਦ ਆਪਦਾ ਪਿਓ ਆ ਬਾਪੂ ਕਹਿੰਦਾ ਜਿਹਨੂੰ, ਉਹਦੇ ਤੈਨੂੰ ਯਕੀਨ ਨੀ ਵਿਸ਼ਵਾਸ ਨੀਗਾ। ਤੁਹਾਡੀ ਤਾਂ ਹੱਦ ਹੋਈ ਪਈ ਹੈ। ਮੈਂ ਤੈਨੂੰ ਸਿੱਧੀ ਸਿੱਧੀ ਗੱਲ ਦੱਸਤੀ, ਰੁਪਈਆ 15 ਭਾਵੇਂ 20 ਲੈ ਲਈ, 20 ਦਾ ਵੀ 25 ਦੇ ਦੂੰਗਾ, ਪਰ ਉਸ ਬੰਦੇ ਨਾਲ ਮੈਂ ਤੈਨੂੰ ਕੰਮ ਨਹੀਂ ਕਰਨਾ ਦਿੰਦਾ। ਆਪਦਾ ਬੰਦਾ ਭਾਲਣ ਚੱਜ ਦਾ ਹੋਰ ਇਮਾਨਦਾਰ ਭਾਲ ਲੈ। ਉਹ ਯਾਰ ਬਾਪੂ ਉਹੀ ਕਹਿ ਦੇ ਕਿ ਮੈਂ ਤੈਨੂੰ ਆਪਦੀਆਂ ਜੇਬਾਂ ਕੰਨੀ ਝੁਕਾਉਣਾ, ਹੈ ਨਾ, ਜਦੋਂ ਤੇਰੇ ਤੋਂ ਮੰਗਦਾ ਮੈਂ ਉਦੋਂ ਤੂੰ ਬੇਇੱਜ਼ਤੀ ਕਰਿਆ ਕਰ ਮੇਰੀ, ਵੀ ਕੀ ਕਰਨੇ ਆ 100 ਸਵਾਲ ਪੁੱਛੇ, ਵੀ ਜੇ ਹੁਣ ਇਹ ਆਪਦਾ ਕੰਮ ਚਲਾਉਂਦਾ ਤਾਂ ਆਪਦੇ ਕੋਲੋਂ ਵਰਤਣ ਲੱਗ ਜੂ, ਤੂੰ ਤਾਂ ਉਹੀ ਬਸ ਨਾ ਮੇਰੇ ਤੇ ਲੱਗਦਾ ਹੀ ਆ। ਸਿੱਧਾ ਹੀ ਕਹਿ ਦੇ ਵੀ ਮੇਰਾ ਜਵਾਬ ਆ, ਮੈਂ ਪੈਸੇ ਹੀ ਨੀ ਦੇਣੇ, ਮੇਰੇ ਤਾਂ ਚੰਨੀ ਵਾਸਤੇ ਤੇ ਅਮਨ ਵਾਸਤੇ ਰੱਖੇ ਹੋਏ ਆ। ਮੈਨੂੰ ਤਾਂ ਚੰਨੀ ਵੀ ਉਹ ਆ, ਤੂੰ ਵੀ ਉਹ ਜਾ, ਮੇਰੀ ਗੱਲ ਸੁਣ ਲਾ, ਅੱਜ ਦਾ ਲੱਗਦਾ ਬਾਅਦ ਚ ਪੱਟਾ ਤੇ ਹੱਥ ਮਾਰ ਮਾਰ ਰੋਏਗਾ, ਉਹਦੇ ਟਾਈਮ ਦੇ ਰੱਖਦੇ ਰਹਿਣਾ। ਹੁਣ ਮੈਂ ਤੈਨੂੰ ਕਹਾਂ ਤੇ ਕੀ ਕਹਾਂ, ਹੁਣ ਤੈਨੂੰ ਮੇਰੀਆਂ ਗੱਲਾਂ ਮਾੜੀਆਂ ਲੱਗਦੀਆਂ, ਕੋਈ ਗੱਲ ਨੀ, ਸਮਾਂ ਸਮਾਂ ਸਮਰੱਥ ਹੁੰਦਾ, ਫਿਰ ਟਾਈਮ ਆ ਜਾਂਦੇ ਆਪੇ ਪਤਾ ਲੱਗ ਜੂ, ਮੈਨੂੰ ਕਹਿਣ ਦੀ ਵੀ ਲੋੜ ਨੀ ਗੀ। ਬਸ ਮੈਨੂੰ ਪਤਾ ਹੀ ਆ, ਠੀਕ ਆ, ਲੱਗ ਗਿਆ ਪਤਾ, ਤੂੰ ਆਹੀ ਗੱਲ ਕਰਨੀ ਸੀ ਮੇਰੇ ਨਾਲ। ਧੰਨਵਾਦ ਤੇਰਾ। ਸਮਝ ਜਾ ਸਮਝ ਜਾ, ਤੂੰ ਫਿਰ ਉਸ ਬੰਦੇ ਨੂੰ ਸਮਝੇ ਨੀ ਗਾ, ਮੈਂ ਉਹ ਬੰਦੇ ਦਾ ਚਿਹਰਾ ਫੜ ਲਿਆ, ਉਹ ਤਾਂ ਘਰੇ ਬਾਣ ਨਾਲ ਆਏ ਨੀ, ਤੇਰਾ ਲਿਆ ਜੀ ਆ ਗਿਆ, ਮੇਰੀ ਬਾਂਹ ਨਹੀਂ ਜਾਂਦੀ, ਉਹ ਬੰਦੇ ਨੂੰ ਮੈਂ ਘਰੇ ਕੀ ਬਣ ਦੇਵਾਂ, ਨਹੀਂ ਬੰਦੇ ਬੰਦੇ ਦੀ ਪਰਖੀ ਨਹੀਂ। ਆ ਗਿਆ ਪੁੱਤ, ਮੈਂ ਤੇ ਆ ਗਿਆ ਬੇਬੇ, ਗੱਲ ਆਇਆ ਬੇਬੇ ਤੇਰੇ ਨਾਲ ਕਰਨੀ ਆ। ਦੱਸ। ਆਪਾਂ ਛੋਟਾ ਨਾ ਉਹ ਬਿਜ਼ਨਸ ਕਰ ਰਿਹਾ। ਅੱਛਾ। ਬੱਕਰੀਆਂ ਦਾ। ਲੈ, ਬੱਕਰੀਆਂ ਦਾ ਬਿਜ਼ਨਸ ਆ? ਵੇ ਹਾਂ, ਅੱਜ ਕੱਲ ਟ੍ਰੈਂਡਿੰਗ ਇਹੀ ਕੰਮ ਚੱਲ ਰਿਹਾ, ਮੈਂ ਉਹਨੂੰ ਕਿਹਾ ਚੱਲ ਕੰਮ ਤੇ ਕਰ ਲੈ। ਹਾਂ। ਕੰਮ ਤੇ ਕੋਈ ਮਿਹਣਾ ਨਹੀਂ, ਮਿਹਣਾ ਨਹੀਂ, ਬੱਕਰੀਆਂ ਦਾ ਕਰ ਲੈ ਭਾਵੇਂ ਭੇਡਾਂ ਦਾ ਕਰ ਲੈ, ਕਿਹੜੇ ਮਰਜ਼ੀ ਦਾ ਕਰ ਲੈ। ਹਾਂ। ਪਰ ਜਿਹੜੇ ਬੰਦੇ ਨਾਲ ਕੰਮ ਕਰਨ ਰਿਹਾ ਨਾ। ਅੱਛਾ। ਉਹ ਬੰਦਾ ਕਹਿੰਦਾ ਠੀਕ ਨਹੀਂ ਹੈ। ਕੌਣ ਹੈ ਉਹ? ਤੈਨੂੰ ਕਰਮਜੀਤ ਨਹੀਂ, ਉਹਦਾ ਦੋਸਤ। ਅੱਛਾ, ਉਹਦੇ ਨਾਲ ਤੁਰਿਆ ਫਿਰਦਾ? ਤੁਰਿਆ ਨਹੀਂ, ਉਹ ਆਇਆ ਹੋਊਗਾ ਇੱਥੇ। ਅੱਛਾ। ਅਮਨ ਨੇ ਮੈਨੂੰ ਜਾ ਕੇ ਦੱਸਿਆ ਵੀ ਐਂ ਕਰਕੇ ਬਿਜ਼ਨਸ ਕਰ ਰਿਹਾ ਬੱਕਰੀਆਂ ਦਾ, 70% ਤੇ ਉਹਦਾ, ਸਨੀ ਦਾ 20% ਉਹਦਾ, ਤੇ ਪੈਸੇ ਸਾਰੇ ਸਨੀ ਲਾਊਗਾ। ਅੱਛਾ। ਹਾਂ। ਨਾ ਫਿਰ ਇਹ ਕਿੱਧਰੋਂ ਅਕਲ ਵਾਲੀ ਗੱਲ ਆ ਉਹਦੀ, ਨਾਲੇ ਫਿਰ ਭਾਈ ਕੀ ਕਰੀਏ,
ਉਹ ਤਾਂ ਭੱਜ ਕੇ ਪੈ ਜਾਂਦਾ, ਤੈਨੂੰ ਪਤਾ ਤਾਂ ਹੈਗਾ ਬਾਹਰਲਿਆਂ ਦੀ ਉਂਗਲਾਂ ਤੇ ਵੱਧ ਚੜਦਾ ਹੈਗਾ ਉਹ। ਲੈ ਦੇਖ ਹੋਰ ਦੇਖ ਲਾ, ਕਾਮਲਾ ਤਾਂ ਹੈਗਾ, ਆ ਚੰਗਾ ਭਲਾ ਤੇਰਾ ਕੰਮ ਘਰ ਆ, ਦੁਕਾਨਦਾਰੀ ਆ, ਲੈ ਉੱਥੇ ਬਹਿ ਜਾ ਕਰੇ, ਤੇਰੇ ਨਾਲ ਹੱਥ ਵਟਾ ਦੇ। ਮੈਂ ਕਿਹਾ ਹੈਗਾ ਮੈਂ ਆਪਾਂ ਹੋਰ ਪਾ ਲੈਂਦੇ ਹਾਂ। ਹਾਂ ਇੱਕ ਲਵੇ ਦਿੰਦੇ ਕੋਈ ਦੁਕਾਨ ਹੋਰ ਪਾ ਲਾ, ਚੱਲ ਭਰਾਵਾਂ ਭਰਾਵਾਂ ਦਾ ਕੋਲੇ ਠੀਕ ਦਾ ਅਜੇ। ਉਹ ਨਹੀਂ ਆਪਦਾ ਕੰਮ ਹੀ ਵਧਾ ਲੈਂਦੇ ਹੋਰ। ਅਸੀਂ ਕਹਿੰਦੀ ਹਾਂ ਵੀ ਵਧਾ ਲਓ ਕੰਮ, ਹੋਰ ਕੀ ਕਹਿਣੀ ਆ ਤੈਨੂੰ। ਉਹ ਗੱਲ ਮੰਨੇ ਬੇਬੇ ਤੂੰ ਐਂ ਕਰ, ਹਾਂ ਬਾਪੂ ਨੂੰ ਕਹਿ ਵੀ ਉਹਨੂੰ ਸਮਝਾਵੇ ਮਾੜਾ ਮੋਟਾ ਹੋਰ ਬੰਦੇ ਨਾਲ ਕੰਮ ਕਰ ਲੇ, ਬੰਦੇ ਕਿਹੜਾ ਦੁਨੀਆਂ ਤੋਂ ਮੁੱਕ ਗਏ ਮੁੱਕ ਗਏ। ਹਾਂ ਹੈਂ ਹੋਰ ਨਾ ਕਰ ਲੇ, ਠੀਕ ਹੈ ਠੀਕ ਹੈ। ਜੇ ਮੈਂ ਜਾ ਕੇ ਕਹਿਣਾ ਮੈਂ ਤਾਂ ਗੱਲ ਪਊਗਾ, ਜਦੋਂ ਮੈਂ ਕੰਮ ਕਰਦਾ ਹੁਣ ਤੂੰ ਮੈਨੂੰ ਰੋਕਦਾ ਰੋਕਦਾ ਹੈ ਹੁਣ। ਹਾਂ ਹਾਂ ਨੰਨਾ ਪਾਉਂਦਾਗਾ ਨਾ ਤੇਰੇ ਤੇ ਤਾਂ ਉਹੀ ਖਿੱਚ ਜਾਂਦਾਗਾ ਉਹ, ਮਾੜੀ ਜੀ ਗੱਲ ਤੋਂ ਉਹ ਖਿੱਚਦਾ ਐ ਆ। ਉਹ ਜਿੰਨੇ ਪੈਸੇ ਮੈਂ ਮੰਗਦਾ ਹਾਂ ਬਾਪੂ ਮੈਨੂੰ ਉਨੀ ਦੇ ਦਿੰਦਾ, ਉਹਨੂੰ ਦਿੰਦਾ ਨੀ, ਬਸ ਐ ਆ। ਓਏ ਹੋਏ ਤੈਨੂੰ ਤਾਂ ਫੜਾਉਂਦਾਗਾ ਉਹ ਪੈਸਾ ਟਕਾ ਵੀ ਤੂੰ ਕਿਤੇ ਗਲਤ ਤਾਂ ਨੀ ਲਾਉਂਦਾਗਾ। ਓਏ ਹਾਂ ਪਰ ਉਹਦੇ ਮਨ ਚ ਜਾਂਦਾ ਐ ਅੱਜ ਕੱਲ ਤੈਨੂੰ ਪਤਾ, ਫਿਰ ਵਿਆਹ ਕਰਿਆ ਹੋਣਾ। ਚੱਲ ਕੋਈ ਨੀ, ਚੱਲ ਤੂੰ ਸਮਝਾ ਦੇ ਉਹਨੂੰ ਜਾ ਕੇ। ਮੈਂ ਆਪ ਕਹਿੰਦਾ ਕਿ ਤੇਰੇ ਬਾਪੂ ਨੂੰ ਕਹਿੰਦਾ ਵੀ ਇਹਨੂੰ ਸਮਝਾ ਦੇ। ਚੱਲ ਦੇਖ ਲੋ ਕਿ ਮਰਜ਼ੀ ਗੱਲ, ਤੂੰ ਸਿੱਧਾ ਜਾ ਕੇ ਬਾਪੂ ਨਾਲ, ਤੈਨੂੰ ਪਤਾ ਉਹਦੀ ਫਿਰ ਉਹਦੇ ਨਾਲ ਜਿੱਦ ਪੂ ਹਨਾ, ਤੂੰ ਸਮਝਾ ਦੇ। ਮੈਂ ਸਮਝਾ ਦੂੰ। ਹਾਂ ਚੱਲ ਠੀਕ ਹੈ, ਆ ਤਾਂ ਇਹਦੀ ਗੱਲ ਸਿਆਣੀ ਹੈ, ਹੁਣ ਇਹਦਾ ਵੀ ਦਿਮਾਗ ਕੰਮ ਕਰਦਾ ਹੈ। ਕਿਹੜਾ ਕੋਈ ਕਾਮਲਾ ਫਿਰਦਾ ਹੈਗਾ, ਇਹਨੇ ਕੋਈ ਦੇਖਿਆ ਹੋਣਾ ਇਹੋ ਜਿਹਾ ਕੰਮ ਵੀ ਉਹ ਹੈ ਨਹੀਂ ਚੱਜ ਦਾ ਬੰਦਾ, ਆਪਣਾ ਮੁੰਡਾ ਨਾਲ ਤੁਰਿਆ ਫਿਰਦਾ ਹੈਗਾ। ਚੱਲ ਚੰਗਾ ਜਾ ਕੇ ਕਰਦੀ ਹਾਂ ਗੱਲ, ਸਨੀ ਨਾਲ ਹੀ ਕਰਦੀ ਹਾਂ ਗੱਲ। ਹੱਦ ਹੋ ਗਈ ਹੈਗੀ, ਮੈਂ ਕਿੰਨੀਆਂ ਬਾਜ਼ਾਂ ਮਾਰੀਆਂ, ਚੁੱਪ ਕਰਕੇ ਤੁਸੀਂ ਅੰਦਰ ਹੀ ਆ ਕੇ ਬਹਿ ਗਏ, ਕੀ ਗੱਲ ਹੋ ਗਈ? ਯਾਰ ਕੀ ਕਰਾਂ, ਕੀ ਹੋ ਗਈ ਦੱਸੋ ਵੀ ਮੈਨੂੰ। ਕੀ ਦੱਸਾਂ ਤੈਨੂੰ ਮੈਂ, ਦੱਸ ਜਦੋਂ ਬਾਪੂ ਤੋਂ ਪੈਸੇ ਮੰਗਦਾ ਕੀ ਕਰਨੇ ਆ, ਕਿੱਥੇ ਜਾ ਕੇ ਆਉਣੇ ਆ, ਇੰਨੇ ਖਰਚੇ ਨਾ ਕਰੋ। ਹੁਣ ਆ ਕਰਮਜੀਤ ਆਇਆ ਸੀ ਨਾ, ਮੈਂ ਕੋਈ ਕੰਮ ਸਟਾਰਟ ਕਰਨਾ ਸੀ, ਦੱਸਿਆ ਨਾ ਤੈਨੂੰ? ਨਾ ਨਾ, ਮੈਨੂੰ ਕਹਿੰਦਾ ਹਾਂ ਹਾਂ ਕਰ ਲਾ 10 ਲੱਖ ਦਾ ਪੁੱਤ, ਮੈਂ 15 ਲਾ ਦਿੰਦਾ। ਜਦੋਂ ਮੈਂ ਕਹਿ ਤਾ ਵੀ ਭਾਈ ਮੈਂ ਸਾਂਝਾ ਕੰਮ ਕਰਨਾ ਕਰਮਜੀਤ ਨਾਲ, ਫਿਰ ਕਹਿੰਦਾ ਉਹ ਬੰਦੇ ਲਈ ਤਾਂ 1 ਰੁਪਿਆ ਵੀ ਨਹੀਂ, ਤੈਨੂੰ ਬੰਦੇ ਦੀ ਪਹਿਚਾਣ ਨੀ, ਤੈਨੂੰ ਐਂ ਨੀ ਪਤਾ, ਉਹਦਾ ਤਾਂ ਮੈਂ ਮੂੰਹ ਵੇਖ ਕੇ ਦੱਸ ਦਿਆਂ, ਉਹ ਬੰਦਾ ਘਰੇ ਵਾੜਨ ਵਾਲਾ। ਬਸ ਬਾਕੀ ਮੁੱਕਦੀ ਗੱਲ ਇਹ ਆ ਵੀ ਬਾਪੂ ਨੇ ਪੈਸੇ ਨੀ ਲਾਉਣੇ, ਉਹ ਤਾਂ ਬਸ ਉਹਨੂੰ ਤਾਂ ਚੰਨੀ ਤੇ ਅਮਨੀ ਚਾਹੀਦੇ ਆ, ਸਿੱਧੀ ਜੀ ਗੱਲ ਆ, ਚਾਹੇ ਜਿੰਨੇ ਮਰਜ਼ੀ ਮੰਗ ਲੈਣ ਉਹਨਾਂ ਨੂੰ ਦਿੰਦਾ ਉਹ। ਆਪਾਂ ਨੂੰ ਤਾਂ ਬਹਾਨਾ ਮਾਰਤਾ, ਉਹਨੂੰ ਹੋਰ ਕੋਈ ਬਹਾਨਾ ਨੀ ਲੱਭਿਆ, ਉਹਨੇ ਆਹ ਮਾਰਤਾ, ਕਰਮਜੀਤ ਨਾਲ ਨਾ ਕੰਮ ਕਰ। ਹਾਏ ਰੱਬਾ, ਇਹ ਤਾਂ ਬਾਪੂ ਦੀ ਹੱਦ ਹੀ ਹੋ ਗਈ ਹੈਗੀ ਵੀ ਦੱਸ ਅਸੀਂ ਕਿਹੜਾ ਕਿਤੇ ਸੁੱਟ ਕੇ ਆਉਣੇ ਹੈਗੇ। ਭਾਬੀ ਅਸੀਂ ਕਿਹੜਾ ਦੁਸ਼ਮਣ ਆ, ਇੱਥੇ ਫੜਾ ਜਾ ਚਾਹ। ਮੈਂ ਕਦੋਂ ਕਿਹਾ ਵੀ ਤੁਸੀਂ ਦੁਸ਼ਮਣ ਬੈਠੇ ਹੋ ਤੁਸੀਂ, ਮੈਂ ਚਲੋ ਕੋ ਚੱਕ ਲਾਣਗੇ। ਇੱਕ ਤਾਂ ਨਾ ਤੁਹਾਡੇ ਆਈ ਵੀ ਜੇ ਬਦਕਰੀ ਕਰੀ ਜਾਂਦੇ ਆ ਤਾਂ ਹੁਣ ਘਰ ਸੋਡਾ ਹੀ ਰਹਿ ਗਿਆ, ਸਾਡਾ ਤਾਂ ਕੀ ਆ ਇਹਦੇ ਚ। ਲੈ ਦੇਖ ਸਣੀ, ਮਾੜਾ ਮੋਟਾ ਇਹਨੂੰ ਵੀ ਕਹਿ ਦਿਆ ਕਰ, ਚਾਹ ਮੈਂ ਬਣਾ ਦਣੀ ਆ, ਪਾ ਕੇ ਤਾਂ ਦੇ ਸਕਦੀ ਆ। ਭਾਬੀ ਅਸੀਂ ਕਰ ਗਿਆ ਕੀ, ਸਾਡਾ ਕਿਹੜਾ ਘਰ ਆ ਇਹ, ਘਰ ਤਾਂ ਸੋਡਾ, ਅਸੀਂ ਤਾਂ ਬਸ ਨੂੰ ਰਹਿਣ ਆਏ ਆ, 4 ਦਿਨਾਂ ਦੇ ਮਹਿਮਾਨ ਆ, ਕੱਲ ਨੂੰ ਬਾਪੂ ਕਹੂਗਾ ਘਰੋਂ ਨਿਕਲ ਜਾਓ ਬਸ। ਇਹ ਘਰ ਕਿਸੇ ਦਾ ਵੀ ਨਹੀਂ, ਇਹ ਘਰ ਤਾਂ ਬੇਬੇ ਬਾਪੂ ਦਾ ਹੈਗਾ। ਬਸ ਪਤਾ ਹੀ ਆ ਭਾਬੀ ਕਿਹੜਾ ਬੇਬੇ ਬਾਪੂ ਦਾ, ਮੈਂ ਕੋਈ ਕੰਮ ਸਟਾਰਟ ਕਰਨਾ ਸੀ, ਹੁਣ ਅੱਜ ਬਾਪੂ ਨੂੰ ਕੋਈ ਬਹਾਨਾ ਨੀ ਲੱਭਿਆ, ਕਰਮਜੀਤ ਬੰਦਾ ਨੀ ਚੰਗਾ, ਅੱਛਾ ਜਿਹਦੇ ਨਾਲ ਬਾਪੂ ਕਹੂਗਾ ਉਹੀ ਚੰਗੇ ਆ। ਓਹੋ ਤੁਸੀਂ ਨੀ ਸਮਝੇ, ਇਹੀ ਕਹਿੰਦੇ ਆ ਉਹਨੂੰ ਵੀ ਬਾਪੂ ਫਲਾਣੇ ਨਾਲ ਕੰਮ ਕਰਨ ਦੇ ਚਾਹੁੰਦੀ ਇਹ ਹੈਗੇ। ਬਸ ਜਾ ਹੁਣ, ਤੀਵੀਂ ਬੰਦੇ ਨੇ ਵੀ ਗੱਲ ਕਰਨੀ ਆ, ਸਰਾਣੀ ਖੜੀ ਰਹੇਗੀ। ਮੈਂ ਕਿਹੜਾ ਆਪ ਤੂੰ ਆਈ ਆ, ਗੋਲ ਮਾਰਿਆ ਸੀ ਤੇ ਚਾਹ ਤਾਂ ਫਰਾਉਂਦਾ ਹੱਕ ਕੀ ਆ, ਤੁਸੀਂ ਤਾਂ 10 ਗੱਲਾਂ ਸੁਣਾਤੀਆਂ ਮੈਨੂੰ। ਨਾ ਜਦੋਂ ਬਾਪੂ ਨੂੰ ਤੁਸੀਂ ਮੁੱਠੀ ਚ ਕਰ ਰੱਖਿਆ ਵੀ ਇਹਨਾਂ ਤੇ ਪੈਸਾ ਨਾ ਲਾਵੇ, ਹੋਰ ਅਸੀਂ ਕਿਹਨੂੰ ਸੁਣਾਈਏ, ਗਵਾਂਢੀਆਂ ਨੂੰ ਸੁਣਾਈਏ? ਮੈਨੂੰ ਤਾਂ ਲੱਗਦਾ ਨਾ ਜਦੋਂ ਪੇਕੇ ਜਾਂਦੀ ਆ ਤੇ ਵੀ ਤੂਤ ਲੈ ਕੇ ਆਉਂਦੀ ਆ ਉੱਥੋਂ ਸਾਧਾਂ ਦੇ,
ਉਹ ਘੋੜ ਤੇ ਪੈ ਜਾਂਦੀ ਹੈ ਜਾਂ ਵਗ ਜਾ ਮੈਨੂੰ ਪਤਾ ਹਾਂ ਬਾਬੇ ਨਾਲ ਜਾਂਦੀ ਆ ਤੂੰ ਸੱਚੀਆਂ ਸੁਣਾਤੀਆਂ ਜਾਇ ਤੇ ਫਾਇਦਾ ਮਾਰਦੀ ਆ ਗੱਲਾਂ ਕਿਵੇਂ ਝਾਕ ਦੇ ਦੇਖੀ ਕਣਖੀ ਕਣਖੀ ਹਕਾਰੀ ਪਈ ਹੈ ਕਹਿੰਦਾ ਕਹਿੰਦਾ ਕਿਤੇ ਇਹਨੂੰ ਡਹਿ ਜਾ ਮੈਂ ਲੈ ਇਹਨੂੰ ਕੋਟਾ ਹੇਠਾਂ ਜਿੱਤੇ ਮੇਰਾ ਦਾਇਆ ਚੱਲ ਗਿਆ ਚੰਬਲਦੀ ਆ ਜਾਦੇ ਚੱਲ ਮੇਰੀ ਗੱਲ ਸੁਣ ਸਾਰੀ ਗੱਲ ਛੱਡ ਆ ਗਿਆ ਪੇਕਿਆਂ ਦਾ ਫੋਨ ਮਾਰੀ ਜਾਊਗੀ ਗੱਲਾਂ ਹੁਣ ਤੂੰ ਉਹ ਗੱਲ ਤਾਂ ਛੱਡ ਤੇ ਹੁਣ ਫਿਰ ਕੀ ਹੀਲਾ ਕਰੀਏ ਯਾਰ ਕਰਦੇ ਆ ਹੀਲਾ ਮੈਨੂੰ ਨਹੀਂ ਪਤਾ ਚਲਾ ਲਾ ਦਿਮਾਗ ਮੈਂ ਤਾਂ ਚਲਾ ਲੂੰਗੀ ਹੁਣ ਤਾਂ ਮਸਾਂ ਦਾ ਪਾਰਟਨਰ ਮਿਲਿਆਗਾ ਤੈਨੂੰ ਸਕੰਦੀ ਨਾਲੇ ਬੰਦਾ ਵਧੀਆਗਾ ਆਪਾਂ ਹੋਰ ਕਿਸੇ ਨਾਲ ਕਰਾਂਗੇ ਜਮਾਂ ਪੱਠਾ ਵਹਿ ਜੂਗਾ ਕਿਵੇਂ ਨਾ ਕਿਵੇਂ ਕਰਕੇ ਕੰਮ ਸ਼ੁਰੂ ਕਰ ਬਸ ਉਹਦੇ ਨਾਲ ਚੱਲ ਕਰਦਾ ਮੈਂ ਕੰਮ ਸਟਾਰਟ ਆਈ ਜਾਂਦੀ ਆ ਬੇਬੇ ਸਿਖਾ ਕੇ ਭੇਜੀ ਰਮਨ ਨੇ ਕੀ ਕਰੀ ਉਹਨੇ ਕੋਈ ਚਾਹ ਪੀ ਜਾਂਦੇ ਹੋ ਉਹ ਨਹੀਂ ਮਾਂ ਚਾਹ ਪੀ ਜਾਂਦੀ ਹੈ ਸਾਡੇ ਤੇ ਚਾਹ ਪੀਣੀ ਵੀ ਉੱਪਰ ਕੀਤੀ ਪਈ ਹੈ ਕਿਉਂ ਕੀ ਗੱਲ ਹੋ ਗਈ ਇਹ ਜੀ ਆ ਵੱਡੀ ਹੈਗੀ ਹੈ ਤੇਰੀ ਨੂੰਹ ਬੜੀ ਪਿਆਰੀ ਓਹੋ ਮੈਨੂੰ ਤਾਂ ਤੁਸੀਂ ਸਾਰੇ ਇੱਕੋ ਜਿਹੇ ਆ ਪਿਆਰਾ ਤੇ ਪਿਆਰੇ ਵਾਲੀ ਕੀ ਗੱਲ ਕਹੀ ਜਾਂਦੀ ਪੁੱਤ ਤੋਂ ਤੇ ਸਨੀ ਮੈਂ ਤਾਂ ਐਂ ਪੁੱਛਦੀ ਸੀਗੀ ਪੁੱਤ ਮੈਂ ਸੁਣਿਆ ਤੂੰ ਕੋਈ ਕੰਮ ਕਾਰ ਕਰ ਰਿਹਾ ਬੱਕਰੀਆਂ ਬੁੱਕਰੀਆਂ ਵਾਲਾ ਮਾਂ ਮੈਂ ਤਾਂ ਕੈਂਸਲ ਕਰਤਾ ਹੁਣ ਨਹੀਂ ਕਰਦਾ ਕਿਆ ਹੋਰ ਕੀ ਕਰਨਾ ਤੂੰ ਫਿਰ ਬਸ ਦੇਖੂੰਗਾ ਮਾਂ ਕਰੂੰਗਾ ਕੋਈ ਦੇਖੂੰਗਾ ਮਾਂ ਪਰ ਕੋਈ ਨਾ ਕੋਈ ਤਾਂ ਕੰਮ ਕਰਨਾ ਹੀ ਪੈਂਦਾ ਹੁੰਦਾ ਗਾ ਜਦੋਂ ਬਾਪੂ ਨੇ ਜਵਾਬ ਦਿੱਤਾ ਪੈਸਾ ਮੇਰੇ ਕੋਲੇ ਕੀ ਆ ਘਰ ਚ ਉਹਨਾਂ ਦੀ ਮੁਖਤਿਆਰੀ ਆ ਸਾਡਾ ਹੈ ਕੀ ਇੱਥੇ ਓਹੋ ਬਾਪੂ ਕਿਉਂ ਜਵਾਬ ਦੇਊਗਾ ਨਾਲੇ ਮੇਰੀ ਗੱਲ ਸੁਣ ਜੇ ਕਿਸੇ ਨਾਲ ਤੂੰ ਕੰਮ ਕਾਰ ਕਰਦਾ ਨਾ ਆਪਦਾ ਇਕੱਲਾ ਕਰ ਲਾ ਆ ਸੁਣਿਆ ਮੈਂ ਉਹ ਤੇਰੇ ਨਾਲ ਕਰਮਜੀਤ ਵਾਲਾ ਤੁਰਿਆ ਫਿਰਦਾ ਹੁੰਦਾ ਹੈਗਾ ਤੇ ਮਾਂ ਉਦੋਂ ਤੁਸੀਂ ਚੰਗਾ ਮਾੜਾ ਕੀ ਦੇਖਿਆ ਮੈਂ ਤਾਂ ਸੁਣਿਆ ਮੈਂ ਉਹ ਹੈ ਨਹੀਂ ਵਧੀਆ ਚੱਲ ਨਹੀਂ ਹੈਗਾ ਨਾ ਵਧੀਆ ਬਸ ਠੀਕ ਆ ਮੈਂ ਜਿਹਦੇ ਨਾਲ ਮਰਜ਼ੀ ਰਹਾ ਜਿਹਦੇ ਨਾਲ ਮਰਜ਼ੀ ਨਾ ਰਹਾ ਮੈਨੂੰ ਅੱਡ ਕਰ ਦਿਓ ਬਸ ਜਦੋਂ ਵੱਡੇ ਬਾਈ ਨੇ ਗੱਡੀ ਸਾਂਝੀ ਪਾਈ ਸੀ ਆਪਦੇ ਸਹੁਰੇ ਨਾਲ ਉਦੋਂ ਉਹਦੇ ਸਹੁਰੇ ਬੜੇ ਚੰਗੇ ਸੀਗੇ ਉਹਨੂੰ ਤਾਂ ਹਿੱਸਾ ਪਾਉਣ ਬਾਰੇ ਕਿਸੇ ਨਾਲ ਰੋਕਦੇ ਨਹੀਂ ਹੁੰਦੇ ਗੱਲ ਸੁਣਾ ਪੁੱਤ ਉਹ ਰਿਸ਼ਤੇਦਾਰ ਤਾਂ ਹੈਗੇ ਆ ਐਂ ਵੀ ਸੋਚਿਆ ਕਰੋ ਰਿਸ਼ਤੇਦਾਰਾਂ ਨੇ ਕੀ ਪੈਸਾ ਉਰਾਇਆ ਸਾਰਾ ਪੈਸਾ ਤਾਂ ਤੁਸੀਂ ਲਾਇਆਗਾ ਨਾ ਵੱਜ ਗਿਆ ਉਹਨਾਂ ਦਾ ਅਸੀਂ ਘੜਾਨੇ ਆਗੇ ਚੱਲ ਚੰਗਾ ਮੈਂ ਤਾਂ ਜਿਹੜੀ ਤੈਨੂੰ ਗੱਲ ਕਹਿਣੀ ਸੀ ਮੈਂ ਤੈਨੂੰ ਇੱਕ ਗੱਲ ਕਹਿਣਾ ਬਾਪੂ ਨੂੰ ਕਹਦੇ ਵੀ ਇਹਨੂੰ ਅੱਡ ਕਰ ਦੇ ਲੈ ਕਹਿੰਦਾ ਅੱਡ ਕਰ ਦੇ ਮਾਂ ਮੈਂ ਅੱਡ ਹੋਣਾ ਮੈਂ ਰਹਿਣਾ ਨਹੀਂ ਨਾ ਆਹੀ ਮਰਜ਼ੀ ਆ ਹੈ ਹੁਣ ਤੇਰੀ ਬਸ ਮੇਰੀ ਇਹੀ ਆ ਨਹੀਂ ਸਾਡੇ ਚੋਂ ਮਰਜ਼ੀ ਤੁਮਨਾ ਚੋ ਕੋਈ ਓਹੋ ਅੱਡ ਕਰ ਦੋ ਬਸ ਗੱਲ ਸੁਣ ਇਕੱਠਿਆਂ ਵਰਗੀ ਬਰਕਤ ਨਹੀਂ ਹੈਗੀ ਘਰ 'ਚ ਤੁਸੀਂ ਚਾਹੁੰਦੇ ਨਹੀਂ ਹੈਗੇ ਵੀ ਅਸੀਂ ਦੋਨੇ ਖੁਸ਼ ਰਹੀਏ ਨਹੀਂ ਚਾਹੁੰਦੇ ਮੈਂ ਤਾਂ ਪੁੱਤ ਸਾਰਿਆਂ ਨੂੰ ਕਹਿੰਦੇ ਖੁਸ਼ ਰਹੋ ਮਾਂ-ਬਾਪ ਥੋੜੀ ਐਂ ਕਹਿੰਦਾ ਹੁੰਦਾ ਵੀ ਬੱਚੇ ਖੁਸ਼ ਨਾ ਰਹਿਣ ਨਹੀਂ ਮੰਮੀ ਤੁਹਾਨੂੰ ਤਾਂ ਨਾ ਥੋੜੀ ਜਿਹੀ ਵੱਡੇ ਦੀ ਤੇ ਵੱਡੀ ਦੀ ਖੁਸ਼ੀ ਪਿਆਰੀ ਹੈ ਪਰ ਪੁੱਤ ਇਹ ਜੀ ਗੱਲ ਤਾਂ ਹੈ ਨਹੀਂ ਬਾਕੀ ਤੇਰੇ ਮਨ ਦਾ ਵਹਿਮ ਹੀ ਆ ਇਹ ਨਾ ਜੀ ਮੇਰੇ ਮਨ ਦਾ ਵਹਿਮ ਆ ਮਾਂ ਮੈਨੂੰ ਐਂ ਦੱਸ ਆ ਤੈਨੂੰ ਗੱਲ ਕਿਹਨੇ ਦੱਸੀ ਆ ਓਹੋ ਉਹ ਤਾਂ ਚੰਨੀ ਨੇ ਦੱਸੀ ਆ ਹੋਰ ਕਿਹਨੇ ਅੱਛਾ ਲੱਗੇ ਕੰਸਵਾ ਲੈਣ ਠੀਕ ਆ ਠੀਕ ਆ ਠੀਕ ਆ ਮਾਂ ਮੈਂ ਸਮਝ ਗਿਆ ਹੁਣ ਬਸ ਚੁੱਪ ਕਰਕੇ ਬਾਪੂ ਨੂੰ ਕਹਦੇ ਅੱਡ ਕਰਦੇ ਬਸ ਚੰਨੀ ਆ ਨਾ ਜਿਹੜਾ ਚਾਹੁੰਦਾ ਹੀ ਆ ਮੈਂ ਸਾਰਾ ਕੁਝ ਹੜਪ ਲਾਂ ਉਹ ਹੈਗੀ ਆ ਨਾ ਨਾਗਣ ਉਹਦੇ ਪਿੱਛੇ ਲੱਗੀ ਵੀ ਜਿਹੜੀ ਤੁਸੀਂ ਤਾਂ ਕੋਈ ਗੱਲ ਵੀ ਨਹੀਂ ਕਰਨ ਦਿੰਦੇ ਹੈਗੇ ਲੈ ਦੱਸ ਕੰਮ ਦੀ ਗੱਲ ਕਰਨ ਆਈ ਸੀ ਚੱਲ ਕੋਈ ਨਾ ਜੇ ਤੁਹਾਡੀ ਇਹੀ ਮਰਜ਼ੀ ਆ ਨਾ ਮੈਂ ਕਰ ਲੈਣੀ ਤੇਰੇ ਬਾਪੂ ਨਾਲ ਗੱਲ ਕਰ ਲਾਂ ਮਾਂ ਹਾਂ ਨਹੀਂ ਇੱਥੇ ਕੁਝ ਹੋਰ ਨਾ ਹੋਵੇ ਮੈਂ ਕਿਰਾਏ ਤੇ ਰਹਾਂਗੇ ਜਾ ਕੇ ਬਸ ਚੱਲ ਠੀਕ ਹੈ ਤੁਹਾਡੀ ਮਰਜ਼ੀ ਆ ਫਿਰ ਨਹੀਂ ਹੋਰ ਹੋ ਜੂ ਇੱਥੇ ਕੁਝ ਕਮੋ ਸਹੀ ਕੀਤਾ ਨਾ ਆਪਾਂ ਹੈ ਵਧੀਆ ਵਧੀਆ ਬਸ ਠੀਕ ਆ ਐ ਚਾਰ ਸਾਲ ਅੱਡ ਹੋ ਕੇ ਹੁਣ ਕਿਸੇ ਤੋਂ ਮੰਗਣੇ ਤਾਂ ਨਹੀਂ ਨਾ ਪੈਣੇ ਹਾਂ ਨਹੀਂ ਮੇਰੀ ਗੱਲ ਸੁਣ ਚੁੱਪ ਕਰਕੇ ਪਤਾ ਰੰਪ ਰੇਣ ਲੱਗ ਜਾਂਦੇ ਬੈਠ ਕਿਉਂ ਰਮਾਂਗੇ ਹਿੱਸਾ ਲਵਾਂਗੇ ਆਉਦਾ ਜਨਾਬ ਇੱਕ ਤੇ ਗੋਡ ਐ ਕਿਵੇਂ ਇੱਕ ਤੇ ਗੋਡਾ ਧਰ ਕੇ ਲਵਾਂਗੇ ਕੇਸ ਕਰ ਦਿਆਂਗੇ ਆਪਾਂ ਚਾਰਾਂ ਤੇ ਵੱਡੀ ਨੂੰ ਤਾਂ ਹੀ ਹੁੰਦਾ ਦਾ ਵੀ ਇਹ ਕੰਮ ਨਹੀਂ ਕਰਦੀ ਦੱਸ ਸਾਰਾ ਕੁਝ ਤਾਂ ਤੂੰ ਸੰਭੀ ਬੈਠੀ ਹੈਗੀ ਚੱਲ ਛੱਡ ਯਾਰ ਬਸ ਦੇਖਦੇ ਆ ਕੀ ਕਹਿੰਦਾ ਬਾਪੂ ਹੁਣ ਹਾਂਜੀ
ਉਹ ਆਉਂਦਾ ਤੁਰਿਆ, ਆਏ ਹਾਏ ਵੇ ਤੇਰੀ ਤੋਰ, ਗੱਗੂ ਗੱਲਾਂ ਨਾਲ ਦੀ ਆ ਜਾਵਾਂ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਰੁਕ ਜਾ ਕਰੋ ਮਾੜਾ ਜੀ, ਤਾਂ ਗੇਰ ਪਾ ਰੱਖਿਆ ਗਾ। ਉਹ ਚੰਗਾ, ਤੂੰ ਦੱਸ ਕੀ ਕੰਮ ਹੈ? ਮੈਨੂੰ ਤਾਂ ਕੰਮ ਨਾ ਬਾਹਲੇ ਨੇ, ਜੇ ਤੂੰ ਮੰਨ ਜੇ। ਉਹ ਮੈਨੂੰ ਸੌ ਕੰਮ ਆ, ਮੈਂ ਤੁਰਿਆ ਜਾਂਦਾ ਸੀ, ਕੋਈ ਕੰਮ ਹੁੰਦਾ ਪਿੱਛੋਂ ਬੋਲ ਮਾਰਦਾ ਨਹੀਂ ਆ ਤੂੰ। ਕੰਮ ਤੇਰਾ ਪੂਰਾ ਨਹੀਂ ਹੋਇਆ ਹਜੇ, ਆ ਤੂੰ ਇੱਧਰ ਨਾਲੇ ਗੇੜੀਆਂ ਜੀ ਕਿੱਧਰ ਮਾਰਦਾ ਫਿਰਦਾਗਾ। ਮੈਂ ਸਭ ਜਾਣਦੀ ਹਾਂ ਜਿੱਥੇ ਤੂੰ ਫਿਰਦਾ। ਹਾਂ, ਚੋਗਾ ਖਿਲਾਰਿਆ ਹੋਇਆ ਨਾ ਜਿਹੜਾ ਤੇਰਾ, ਤੇ ਉਹ ਕਬੂਤਰ ਹੀ ਉੱਡ ਜਾਣੀ ਆ, ਉਹ ਤੇਰੇ ਹੱਥ ਨਹੀਂ ਆਉਂਦੀ। ਕੋਈ ਗੱਲ ਨੀ, ਇਹੋ ਜਿਹੀਆਂ ਕਬੂਤਰੀਆਂ ਤੈਨੂੰ ਪਤਾ ਹੀ ਆ, ਮੈਂ ਕਿੰਨੀਆਂ ਛਤਰੀ ਤੇ ਬਿਠਾਈਆਂ ਨੇ। ਜਦੋਂ ਉੱਡ ਜਾਂਦੇ ਨੇ ਫਿਰ ਆਹ ਗਾਣਾ ਲਾਉਣਾ ਉਹਨਾਂ, ਮਿੱਤਰਾਂ ਦੀ ਛਤਰੀ ਤੋਂ ਉੱਡ ਗਈ, ਅੰਬਰਾਂ ਤੇ ਲਾਉਣੀ ਹੈ ਉਡਾਰੀਆਂ। ਚੰਗਾ, ਗਾਣੇ ਤਾਂ ਤੂੰ ਬੋਲੇ ਸੋਹਣੇ ਗਾਣੇ ਤਾਂ ਮੈਂ ਬਿਠਾਦਾ ਲਵਾਂ ਛਤਰੀ ਤੇ। ਅੱਛਾ, ਫਿਰ ਪੁੱਛੂਗਾ ਛਤਰੀ ਤੇ ਮੈਨੂੰ। ਉਹ ਸੁਣੀ, ਨਾਲੇ ਹੁਣ ਸ਼ਾਹੀ ਪਨੀਰ ਖਾਂਦੇ ਆ, ਹੁਣ ਮੂੰਗੀ ਦੀ ਦਾਲ ਕਿਤੇ ਹਜਮ ਆਉਂਦੀ ਹੈ। ਅੱਛਾ, ਹੁਣ ਤੂੰ ਮੂੰਗੀ ਦੀ ਦਾਲ ਮੈਨੂੰ ਕਹਿਣਾ, ਕੰਜਰ ਨਾ ਹੋਵੇ ਕਿਸੇ ਥਾਂ ਦਾ ਚੌਰਾ। ਉਹ ਚੰਗਾ। ਹੈਲੋ, ਮੇਰੀ ਗੱਲ ਸੁਣ ਕੇ ਜਾ ਰਿਹਾ? ਹਾਂ, ਆ ਨਾ ਸ਼ਾਹੀ ਪਨੀਰ ਜਾ ਤੂੰ ਹੀ ਨਾ ਕਹੀ ਚੱਲਿਆ ਕਰ, ਹੈ ਖਾਦਾ ਹੋਣਾ ਨਹੀਂ ਹਜੇ ਤੱਕ, ਜਾਣ ਕੇ ਮੈਨੂੰ ਕਹਿਣਾ ਵੀ ਮੈਂ ਤਾਂ ਤੈਨੂੰ ਰੋਜ਼ ਦੇਖਦੀ ਆ, ਬਾਹਲਾ ਹੀ ਸੋਹਣਾ ਲੱਗਦਾ। ਚੱਲ ਚੰਗਾ, ਨਜ਼ਰ ਨਾ ਲਾ ਦੀ ਕਿਤੇ, ਮੇਰੇ ਹੁੰਦਿਆਂ ਤੈਨੂੰ ਨਜ਼ਰ ਲੱਗ ਜਾਊਗੀ। ਫਿਰ ਮਿਲਦੇ ਆ। ਹਾਏ ਵੇ ਤੇਰੀ ਤੋਰ, ਕਿੱਦੇ ਆਏਗਾ ਮੇਰੇ ਹੱਥ 'ਚ। ਚੱਲ ਕੋਈ ਨਾ, ਕਦੇ ਤਾਂ ਇਹਨੂੰ ਫਸਾ ਹੀ ਲੈਣਾ ਮੈਂ ਆਪਦੇ ਜਾਲ 'ਚ। ਚੱਲ ਮੈਂ ਤਾਂ ਆਪਦੇ ਕੰਮ ਜਾਂਦੀ ਹਾਂ ਸੱਚ। ਇਹ ਵੀ ਨਾ ਮੇਰਾ ਦਿਮਾਗ ਖਰਾਬ ਕਰ ਦਿੰਦਾ ਗਾ, ਲੈ ਹਾਲੇ ਤੱਕ ਨਹੀਂ ਆਇਆ, ਪਤਾ ਨਹੀਂ ਕਿੱਥੇ ਰਹਿ ਗਿਆ। ਨਾਲੇ ਮੈਂ ਦੱਸਿਆ ਸੀਗਾ ਵੀ ਮੈਂ 5-10 ਮਿੰਟ ਮਸਾਂ ਕੱਢੂੰਗੀ, ਸਾਰਿਆਂ ਦੀ ਅੱਖ ਮੇਰੇ 'ਤੇ ਰਹਿੰਦੀ ਹੈਗੀ, ਆਹ ਵੱਡੀ ਆ ਜਿਹੜੀ, ਇਹ ਤਾਂ ਦੇਖਦੀ ਰਹਿੰਦੀ ਹੈ ਕਿੱਧਰ ਚੱਲੀਏ ਤਿਆਰ ਹੋ ਕੇ, ਪਤਾ ਨਹੀਂ ਕਿੱਧਰ ਰਹਿ ਗਏ। ਫੋਨ ਲਾ ਕੇ ਦੇਖਾਂ, ਨਾ ਫੋਨ ਵੀ ਕੱਟੇ ਆ। ਲੈ ਆ ਗਏ ਜਨਾਬ, ਆ ਗਏ। ਫੋਨ ਕਿਉਂ ਕੱਟਿਆ? ਉਹ ਮਹਾਂ ਨੇੜੇ ਆ, ਹੁਣ ਫੋਨ ਤੇ ਗੱਲ ਕਰਾਂਗੇ। ਨਾ ਪਹਿਲਾਂ ਮੈਨੂੰ ਇਹ ਦੱਸ, ਇੰਨਾ ਲੇਟ ਕਿਉਂ ਹੋ ਗਿਆ? ਉਹ ਕੀ ਦੱਸਾਂ ਯਾਰ ਤੈਨੂੰ, ਉਹ ਇੱਕ ਬਿੱਲੀ ਆ ਨਾ, ਉਹ ਮੇਰਾ ਆਈ ਬਾਹਰ ਰਸਤਾ ਕੱਟ ਦਿੰਦੀ ਆ, ਉਹ ਤਾਂ ਮੇਰਾ ਕੋਈ ਕੰਮ ਬਣਨ ਹੀ ਨਹੀਂ ਦਿੰਦੀ। ਹੈ ਬਿੱਲੀ? ਕਿਹੜੀ ਬਿੱਲੀ? ਉਹ ਬਿੱਲੀ ਨੂੰ ਗੱਡੀ ਚਾੜ ਦੇ। ਕੋਈ ਗੱਡੀ ਚਾੜਨ ਵਾਲੀ ਨਹੀਂ, ਉਹ ਹੈ ਸੋਨੀ। ਅੱਛਾ ਅੱਛਾ, ਓਹੋ ਲਫੈਂਡ ਜੀ। ਆਹੋ, ਮੇਰੀ ਗੱਲ ਸੁਣ ਲਾ, ਤੂੰ ਸੁਧਰ ਜਾ, ਜੇ ਤੇਰੇ ਬਾਰੇ ਮੈਨੂੰ ਕੋਈ ਖਬਰ ਲੱਗ ਗਈ ਨਾ, ਦੇਖ ਲੈ ਮੈਂ ਤੇਰਾ ਕੀ ਹਾਲ ਕਰੂੰ। ਉਹ ਨਹੀਂ, ਮੈਂ ਤਾਂ ਉਹ ਤੋਂ ਖਿਹੜਾ ਛੜਾ ਕੇ ਆਇਆ, ਉਹਦਾ ਜਾਲ ਸਿੱਟਣ ਨੂੰ ਫਰਦੀ ਆ ਮੇਰੇ ਤੇ। ਮੈਨੂੰ ਦੇ ਫਿਰ ਖੁੱਲ। ਚੱਲ ਕੋਈ ਨਹੀਂ, ਜੱਬਾਂ ਖੇਡ ਦੂੰ ਉਹਦੀਆਂ ਮੈਂ। ਤੈਨੂੰ ਵੀ ਖੁੱਲ ਦੇ ਦਾਂਗੇ, ਪਹਿਲਾਂ ਅਸੀਂ ਤਾਂ ਕੋਈ ਜਾਲ ਵਸਾ ਲਈਏ। ਜਾਲ ਤਾਂ ਬੇਸ਼ਕ ਆ ਸਮਝ। ਅੱਛਾ, ਅੱਡ ਹੋਣ ਲੱਗੇ ਆ ਆਪਾਂ। ਲੈ ਹੋਰ, ਨਾਲੇ ਕਿੰਨਾ ਕੁ ਟਾਈਮ ਗੁਲਾਮੀ ਕਰੀ ਜਾਵਾਂਗੇ, ਕਹਿ ਤਾਂ ਮੈਂ ਤਾਂ ਉਹਨੂੰ ਭੜਕਾ ਤਾ ਪੂਰਾ। ਮੈਂ ਕਿਹਾ ਜੇ ਆਪਾਂ ਨੂੰ ਤਾਂ ਕੋਈ ਕੰਮ ਕਾਰ ਕਰਨ ਹੀ ਨਹੀਂ ਦਿੰਦੇ, ਸਾਰਾ ਕੁਛ ਤਾਂ ਉਹ ਚੰਨੀ ਸਾਂਭੀ ਬੈਠਾ, ਉਹਦੀ ਤੀਵੀਂ ਹੈ ਨਾ ਜਿਹੜੀ ਬਾਲੀ ਚਲਾਕ ਆ, ਨਾਲੇ ਹੁਣ ਤਾਂ ਖੁੱਲੇ ਖੇਡੇ ਹੋ ਜਾਣਗੇ, ਜਦੋਂ ਅੱਡ ਹੋ ਗਏ ਕਿਹਨੇ ਪੁੱਛਣਾ ਗਾ। ਨਾਲੇ ਲਾਂਬਾ ਜਿਹਾ ਦਿੰਦਾ ਸੀ ਵੀ ਤੁਹਾਡਾ ਬੁੜਾ ਬਾਰ 'ਚ ਹੀ ਬੈਠਾ ਰਹਿੰਦਾ। ਮੈਂ ਤਾਂ ਜਦੋਂ ਜਾਂਦਾ ਆ ਮੇਰੇ ਕਰੀ ਤਾਂ ਐਂ ਝੱਕਦਾ ਸੀ ਕੌੜ ਕੌੜ, ਜਿਵੇਂ ਮੈਂ ਤਾਂ ਹੁਣੀ ਮਾਰ ਦੂ ਇਹ। ਨਾਲੇ ਤੂੰ ਦੱਸ ਮੈਨੂੰ ਕਿਵੇਂ ਬੁਲਾਇਆ ਸੀਗਾ? ਮੈਂ ਤਾਂ ਤੈਨੂੰ ਇਹ ਕਹਿਣ ਆਈ ਸੀ ਵੀ ਹੁਣ ਅੱਡ ਹੋ ਜਾਵਾਂਗੇ, ਹੁਣ ਤੈਨੂੰ ਉਸ ਘਰੇ ਜਾਣ ਦੀ ਕੋਈ ਲੋੜ ਨਹੀਂ ਹੈਗੀ, ਬਸ ਜਿਹੜੇ ਘਰੇ ਆਪਾਂ ਜਾਵਾਂਗੇ ਨਾ ਉੱਥੇ ਆ ਜਾਇਆ ਕਰੀ, ਐਵੇਂ ਨੱਕ ਬੁੱਲ ਕੱਢੀ ਜਾਣਗੇ। ਚੱਲ ਆ ਤਾਂ ਗੱਲ ਤੇਰੀ ਠੀਕ ਹੈ, ਤੇਰਾ ਕੰਮ ਬਾਹਲਾ ਵਧੀਆ ਕਰਿਆ। ਨਾਲੇ ਮੇਰੀ ਇੱਕ ਗੱਲ ਹੋਰ ਸੁਣ ਲਾ, ਬਾਹਲੇ ਗੇੜੇ ਜਿਹੇ ਨਾ ਮਾਰਿਆ ਕਰ, ਐਵੇਂ ਸਨੀ ਨੂੰ ਉਂਗਲ ਲਾਤੀ ਨਾ ਮੁੜ ਕੇ ਕੰਮ ਖਰਾਬ ਹੋ ਜਾਊਗਾ। ਉਹ ਚੰਗਾ ਚੰਗਾ, ਜਿਵੇਂ ਤੂੰ ਕਹੇਂਗੀ ਨਾ ਉਵੇਂ ਹੋਊਗਾ।
ਸੋਨੀ ਤੋਂ ਬਚ ਜਾ, ਨਹੀਂ ਫਿਰ ਮੇਰਾ ਪਾਲਾ ਚੜ ਗਿਆ ਨਾ। ਅੱਜ ਤੋਂ ਬਾਅਦ ਇਹ ਕਹਿਤਾ ਵੀ ਮੇਰੇ ਰਾਹ 'ਚ ਉਹ ਆ ਗਈ ਸੀ, ਫਿਰ ਤੇਰੀ ਖੈਰ ਨਹੀਂ ਹੈਗੀ ਗੀ। ਤੂੰ ਆਪਦੇ ਆਪ ਨੂੰ ਵੱਡਾ ਵੈਲੀ ਅਖਵਾਉਣਾ ਨਾ, ਸਾਰਾ ਬੈਲ ਪਾਣਾ ਜਾਂ ਕੱਢ ਦੂੰ ਮੈਂ ਤੇਰਾ। ਉਹ ਨਹੀਂ ਜਨਾਬ, ਗਰਮ ਕਿਉਂ ਹੁੰਦੇ ਹੋ? ਨਾਲੇ ਮੈਂ ਸੋਨੀ ਨੂੰ ਕਿਹਾ ਗੱਲਾਂ ਗੱਲਾਂ 'ਚ, ਮੈਂ ਹੁਣ ਤਾਂ ਅਸੀਂ ਸ਼ਾਹੀ ਪਨੀਰ ਖਾਂਦੇ ਹਾਂ, ਮੂੰਗੀ ਦੀ ਦਾਲ ਕਿੱਥੇ ਹਜਮ ਆਉਂਦੀ ਹੈ। ਚੱਲ ਛੱਡ ਮੇਰੀ ਗੱਲ ਸੁਣ, ਹੁਣ ਮੇਰਾ ਵੀ ਟਾਈਮ ਹੋ ਗਿਆ, ਵੱਡੀ ਬਿੜਕਤੀ ਰਹਿੰਦੀ ਹੈਗੀ। ਅੱਛਾ, ਹਾਂ ਇਹ ਨਹੀਂ ਪਤਾ ਪਿੱਛੇ ਨਾ ਜੇ। ਚੱਲ ਤੂੰ ਜਾ, ਦੇਖ ਕੇ ਜਾਈ ਧਿਆਨ ਨਾਲ। ਠੀਕ ਹੈ, ਕੋਈ ਨਹੀਂ, ਚੰਗਾ ਚੱਲਦਾ ਫਿਰ। ਠੀਕ ਹੈ, ਚੱਲ ਮੈਂ ਵੀ ਜਾਵਾਂ। ਦੇਖ ਲਾ ਪੁੱਤ, ਹਜੇ ਵੀ ਤੇਰੇ ਕੋਲ ਟਾਈਮ ਹੈਗਾ, ਸਮਝ ਜਾ ਜੇ ਸਮਝ ਜਾਂਦਾ, ਬਾਅਦ 'ਚ ਪਛਤਾਏਗਾ, ਮੁੜ ਕੇ ਪਛਤਾਏ ਉਦੋਂ ਕੋਈ ਫਾਇਦਾ ਨਹੀਂ ਉਹਦਾ। ਮੈਂ ਤਾਂ ਬਾਪੂ ਦੇਖ ਲਿਆ ਸਾਰਾ ਕੁਛ, ਮੈਂ ਤਾਂ ਅੱਡ ਹੋਣਾ ਹੀ ਹੋਣਾ, ਠੀਕ ਹੈ ਨਾ? ਚੱਲ ਭਾਈ ਤੇਰੀ ਮਰਜ਼ੀ ਹੈ, ਬਾਹਲੀਆਂ ਗੱਲਾਂ ਫਿਰ ਮੈਂ ਵੀ ਨਹੀਂ ਕਰਦਾ। ਮਰਜ਼ੀ ਮੇਰੀ ਨਹੀਂ ਨਾ, ਮਰਜ਼ੀ ਤਾਂ ਤੁਹਾਡੀ ਚੱਲਦੀ ਹੈ, ਚਾਰਾਂ ਪੰਜਾਂ ਦੀ। ਜੇ ਸਾਡੀ ਮਰਜ਼ੀ ਕਰਦੀ ਫਿਰ ਸਾਡੀ ਮਰਜ਼ੀ, ਮੈਂ ਲੱਗ ਕੇ ਵੀ ਦੇਖ ਲਾ। ਕਿਉਂ ਲੱਗਾ ਮੈਂ? ਥੋੜ੍ਹਾ ਲੱਗ ਲੈ, 25 ਸਾਲ ਹੋ ਗਏ ਤੁਹਾਡੇ ਮਗਰ ਹੀ ਲੱਗਿਆ ਵਾ ਮੈਂ। ਬਾਪੂ ਗੱਲ ਤਾਂ ਉਹੀ ਆ ਵੀ ਉਸੇ ਘਰੇ ਇਹ ਰਹਿੰਦਾ, ਇਹ ਆਪਦੇ ਖੁੱਲੇ ਖਰਚੇ ਕਰਦੇ ਆ, ਮੈਨੂੰ ਮੰਗ ਕੇ ਲੈਣੇ ਪੈਂਦੇ ਆ। ਜੋ ਲੋੜ ਹੁੰਦੀ ਇਹ ਵੀ ਲਿਜਾਂਦਾ ਨੀ, ਇਹ ਵੀ ਲਿਜਾਂਦਾ। ਕੌਣ ਇਹ? ਤਾਂ ਮਾਲਕ ਹੈ ਘਰ ਦੇ, ਇਹਨਾਂ ਨੂੰ ਮਹਾਰਾਜ ਜੀ ਨੂੰ ਮੰਗਣ ਦੀ ਕੀ ਲੋੜ ਆ? ਫਿਰ ਵਹਿਮਾ ਵਹਿਮ ਪਾ ਲੱਗਣਾ ਮਨ ਚ, ਬਹੁਤ ਕੁਛ ਕਰਾਉਣ ਦਾ, ਇਹਨੂੰ ਕੱਢ। ਤੇ ਛੋਟੇ ਮੈਂ ਕਮਾਈ ਵੀ ਕਰਦਾ, ਮੈਂ ਤੈਨੂੰ ਇੱਕ ਦਿਨ ਕਿਹਾ ਕਿ ਤੂੰ ਕੰਮ ਨਹੀਂ ਕਰਦਾ। ਕੰਮ ਵੀ ਮੈਨੂੰ ਕਰਨ ਹੀ ਨਹੀਂ ਦਿੰਦੇ। ਆਹ ਦੇਖ ਲਾ ਹੁਣ ਕੰਮ ਸ਼ੁਰੂ ਕਰਦਾ ਸੀ, ਉਹ ਤਾਂ ਫਲਾਨਾ ਬੰਦਾ ਮਾੜਾ, ਧਮਕਾ ਮਾੜਾ, ਬਾਪੂ ਹੀ ਬੰਦੇ ਪਹਿਚਾਨਣ ਜਾਣਦਾ ਜਾਂ ਤੂੰ, ਹਨਾ? ਮੈਨੂੰ ਤਾਂ ਬੰਦੇ ਦੀ ਪਹਿਚਾਣ ਹੀ ਹੈ ਨਹੀਂ ਗੀ। ਬਾਪੂ ਮੈਨੂੰ ਪਤਾ ਤੈਨੂੰ ਬਹਾਨਾ ਨੀ ਮਿਲਿਆ ਕੋਈ, ਮੈਂ ਤਾਂ ਲੈਣਾ ਹੀ ਨਹੀਂ, ਮੈਂ ਤਾਂ ਅੱਡ ਕਰ ਦੋ ਜਿਹੜਾ ਕੁਛ ਮੇਰਾ ਬਣਦਾ। ਤੇਰੀ ਵੱਖ ਰਹਿ ਗਈ ਗੱਲ, ਪਰ ਮੈਨੂੰ ਨਾ ਮਾੜਾ ਕਹਿਣਾ, ਕਿਉਂ ਨੀ ਮਾੜੇ ਹੁੰਦੇ? ਮੇਰੇ ਭਾਜੀ ਤਾਂ ਮਾੜੀ ਆ, ਮਾੜੇ ਆ ਲੈ, 15 ਨਾ ਦੇ 25 ਦੇਈ ਜਾਂਦਾ, ਹਜੇ ਵੀ ਪਿਓ ਮਾੜਾ ਗਾ। ਇੱਕ ਆਹ ਗੱਲ ਜ਼ਰੂਰ ਕਹੀ ਆ ਭਾਈ, ਉਹ ਬੰਦੇ ਨਾਲ ਨਹੀਂ ਕਰਨੀ। ਮੈਂ ਤਾਂ ਯਾਰ ਉਸੇ ਨਾਲ ਹੀ ਕਰਨਾ ਕੰਮ। ਬਾਪੂ ਕਿਉਂ? ਜੇ ਤੂੰ ਉਸਨੇ ਕਰਨੀ ਆ, ਮੇਰੀ ਵੀ ਗੱਲ ਸੁਣ ਲਾ, ਤੂੰ ਤਾਂ ਇਹ ਗੱਲ ਕਹਿਣਾ ਗਾ ਵੀ ਮੈਨੂੰ ਧੱਕਾ ਦੇ ਖੂਹ ਚ, ਪਰ ਪਿਓ ਤੋਂ ਖੂਹ ਚ ਧੱਕਾ ਨੀ ਦਿੱਤਾ ਜਾਂਦਾ, ਤੂੰ ਖੂਹ ਚ ਡਿੱਗ ਰਿਹਾ ਹੈਗਾ, ਮੈਂ ਫੇਰ ਵੀ ਤੈਨੂੰ ਬਚਾ ਰਿਹਾ ਗਾ। ਕੋਈ ਗੱਲ ਨੀ, ਡਿੱਗ ਰਹੀ ਆ, ਡਿੱਗ ਪਾ। ਕੋਈ ਗੱਲ ਨੀ, ਰੱਸਾ ਵੀ ਹੈਗਾ ਤਾਂ ਪਾਉਣ ਨੂੰ, ਠੀਕ ਆ? ਕੋਈ ਗੱਲ ਨੀ। ਚੱਲ ਫਿਰ ਇੱਕੋ ਦੁਕਾਨ ਆ ਗਈ, ਦੁਕਾਨ ਰੱਖੀਗਾ? ਕਿਉਂ, ਮੈਂ ਦੁਕਾਨ ਕੀ ਕਰਨੀ ਹੈ? ਇਹਦਾ ਕੀ ਪਤਾ ਵਿਹਲੀ ਕਰਤੀ ਹੋਵੇ, ਆਪਦੀ ਆਪੇ ਚਲਾਓ, ਘਰ ਰੱਖੂੰਗਾ ਆਹ, ਠੀਕ ਆ ਨਾ? ਮੇਰਾ ਹੁਣ ਕੋਈ ਭਰਾ ਨੀ ਗਾ। ਲੈ ਮੈਂ ਤੈਨੂੰ ਕਦੋਂ ਕਿਹਾ ਵੀ ਘਰ ਨੀ ਦਿੰਦਾ ਤੈਨੂੰ, ਆਪ ਹੀ ਗਈ ਜਾਂਦਾ ਗਾ। ਆਹ ਰੱਖੂੰਗਾ ਆਹ, ਜੋ ਪੁਰਾਣੇ ਚ ਆਪ ਹੀ ਬਣਾਈ ਜਾਂਦਾ, ਪੁਰਾਣੇ ਚ ਨਵੇਂ ਚ, ਸਾਡੇ ਤਾਂ ਮਨ ਚ ਕੋਈ ਨਵਾਂ ਨੀ, ਪੁਰਾਣੇ। ਚੱਲ ਮੇਰੇ ਤਾਂ ਮਨ ਚ ਆਏਗਾ, ਇਹ ਤਾਂ ਪਹਿਲਾਂ ਹੀ ਜਾਣ ਕੇ ਕਹੀ ਜਾਂਦਾ ਸੀ, ਤੈਨੂੰ ਐਂ ਵੀ ਕਹਿ ਦੂੰਗਾ ਦੁਕਾਨ ਨਹੀਂ ਰੱਖਦਾ, ਮੈਂ ਨੀ ਰੱਖਣੀ, ਮੇਰਾ ਤਾਂ ਰੱਖਦਾ ਸੀ, ਨਾਲੇ ਤੈਨੂੰ ਦੁਕਾਨ ਦੇ ਦੂੰ, ਨਾਲੇ ਆਹ ਕਰ ਦੇ ਦੂੰਗਾ, ਨਹੀਂ ਰੱਖਦਾ ਭਾਈ ਤੇਰੀ ਮਰਜ਼ੀ ਹੈ, ਮੈਨੂੰ ਤਾਂ ਇਹ ਇਸੇ ਇਕੱਲਾ ਘਰ ਰੱਖ ਲੈ, ਮੇਰਾ ਤਾਂ 10 ਕਿੱਲੇ ਬਾਹਣ ਦੇ ਦੋ, ਮੇਰਾ ਘਰ ਦੇ ਦੋ, ਰੱਖੀ ਰੱਖ। ਹਾਂ ਦੁਕਾਨ ਆਪਦੀ ਚਲਾ ਬਾਬਾ ਗੁਰੂ, ਨਾ ਚਲਾ, ਹੁਣ ਤੱਕ ਤੇਰੇ ਨੂੰ ਚੱਲ ਦੂੰਗਾ ਨਾ। ਮੈਂ ਤਾਂ ਸਾਰਾ ਕੁਛ ਹੀ ਦਿੰਦਾ ਸੀ, ਪਰ ਇੱਥੋਂ ਲੈਤਾ ਨਹੀਂ ਜਾਂਦਾ, ਮੈਂ ਤਾਂ ਤੈਨੂੰ ਉਹ ਦੁਕਾਨ ਵੀ ਦੇ ਕੇ ਰਾਜੀ ਸੀ, ਆਹ ਘਰ ਵੀ ਦੇ ਕੇ ਰਾਜੀ ਸੀ, ਮੈਂ ਦਿੰਦਾ ਤੂੰ ਬਸ, ਜੇ ਬੰਦੇ ਦੇ ਮਨ 'ਚ ਕੋਈ ਗੱਲ ਕਹਿੰਦਾ ਗਲਤ ਵਾਜੇ ਨਾ, ਉਹਦਾ ਕੋਈ ਹੱਲ ਨਹੀਂ ਹੁੰਦਾ, ਉਹਦੇ ਇਹਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ।
ਇਹਦਾ ਦਿਮਾਗ ਹੋਊਗਾ ਹੁਣ ਖਰਾਬ ਆ। ਜੇ ਤੂੰ ਕਹੇਗਾ ਵੀ ਕਰਦਾ ਤੂੰ ਚੰਗਾ ਗਾ, ਪਰ ਇਹਨੂੰ ਹੁਣ ਮਾੜਾ ਦਿਸੀ ਜਾਂਦਾ, ਤੇ ਕਰਦਾ ਮੈਂ ਵੀ ਚੰਗਾ ਗਾ ਤੇ ਉਹ ਵੀ ਇਹਨੂੰ ਮਾੜਾ ਦਿਸੀ ਜਾਂਦਾ। ਬਾਪੂ ਗੱਲ ਐ, ਜਦੋਂ ਅਕਲ ਤੇ ਪੜਦਾ ਪੈ ਜੇ ਨਾ ਸਮਝਾਉਣ ਵਾਲਾ ਗਲਤੀ ਲੱਗ ਜਾਂਦਾ। ਪੱਚੀ ਸਾਲ ਹੋ ਗਏ ਕੀ ਕਰ ਲਿਆ, ਸੁਣ ਲਾ ਫਿਰ 25 ਸਾਲਾਂ ਦੇ ਅੱਜ ਸੁਣ ਲਾ ਦੇਖ ਲਾ 25 ਸਾਲ ਹੋ ਗਏ। ਵਾਹ ਵੀ 25 ਸਾਲ ਹੋ ਗਿਆ ਤੂੰ ਗੱਲਾਂ ਹੀ ਸਮਝੀਆਂ ਨਹੀਂ ਉਹ। ਆਹੋ ਵੀ ਥੱਲੇ ਲੱਗਿਆ ਰਹਾ ਉੱਤੋਂ ਦੀ ਪੈਰ ਤਾਂ ਧਰ ਧਰ ਚੰਨੀ ਵਰਗੇ ਗਾਹਾਂ ਲੰਘੀ ਜਾਣਾ ਇਹਨੂੰ ਲੈ। ਬਾਪੂ ਜਿਹੜਾ ਕੁਛ ਮੰਗਦਾ ਨਾ ਦੇ ਦੇ, ਮੈਥੋਂ ਨਹੀਂ ਸੁਣੀ ਜਾਂਦੀ ਇਹਦੇ ਗੱਲ। ਹੁਣ ਸੁਣ ਲੈ, ਤੇ ਸੁਣਨ ਨੂੰ ਮੈਂ ਕਿਹੜਾ ਤੈਨੂੰ ਬਿਠਾਇਆ, ਤੁਸੀਂ ਕੋਈ ਬੁਲਾਇਆ ਸੀਗਾ ਮੈਂ ਨਹੀਂ ਸੁਣਨੀ ਨਾ, ਤਾਂ ਹੀ ਤੂੰ ਪਛਤਾਏਗਾ। ਜਿਹੜੀ ਆਹ ਗੱਲ ਤੈਨੂੰ ਸੁਣਾਉਂਦਾ ਸੀ ਨਾ ਤੇਰੇ ਕੀ ਕੁਛ ਖਾਨੇ ਚ ਪਾਉਣ ਦੀ, ਪਰ ਨਹੀਂ ਤੇਰੇ ਖਾਨੇ ਚ ਨਹੀਂ ਪਾਈ ਜਾਂਦੀ ਦੇ ਤੂੰ। ਪਰ ਇੱਕ ਗੱਲ ਯਾਦ ਰੱਖੀ, ਆਪਦੇ ਕੰਮ ਆਉਂਦੇ ਹੁੰਦੇ ਆ, ਦੂਜਾ ਨੀ ਕੋਈ ਕੰਮ ਆਉਂਦਾ ਹੁੰਦਾ। ਇਹਦੇ ਨੀ ਹੁਣ ਸਮਝ ਆ, ਕਹਿੰਦੇ ਤਾਂ ਹੁੰਦੇ ਆ ਲੋਕ ਜੇ ਆਪਦਾ ਮਾਰੂਗਾ ਸਾਵੇਂ ਦਾ ਸਿੱਟੂਗਾ। ਇਹਦੇ ਹੁਣ ਦਿਮਾਗ 'ਤੇ ਨਾ ਕੋਈ ਪੁੱਠੀ ਗੱਲ ਚੜ ਗਈ। ਚੜ੍ਹੀ ਕੀ ਹੈ ਇਹ ਵੀ ਮੈਨੂੰ ਪਤਾ, ਕਿਸੇ ਨੇ ਚੜ੍ਹਾਈ ਹੈ। ਸਤਿ ਸ਼੍ਰੀ ਅਕਾਲ ਮਾਤਾ ਜੀ। ਸਤਿ ਸ਼੍ਰੀ ਅਕਾਲ, ਹੋਰ ਤਕੜੇ ਹੋ? ਹਾਂ ਹਾਂ ਠੀਕ ਆ। ਅੱਡ ਕਾਹਦੇ ਹੋ ਗਏ, ਇਹਨਾਂ ਨੂੰ ਤਾਂ ਛੋਟੀ ਮਿਲ ਗਈ। ਆਹ ਤੇ ਗੱਲ ਹੈ, ਅੰਦਰ ਹੀ ਬੜਾ ਰਹਿੰਦਾ, ਜਦੋਂ ਮੇਰੀ ਨਿਗਾਹ ਪੈਂਦੀ ਹੈ ਅੰਦਰ ਹੀ ਬੜਾ ਰਹਿੰਦਾ, ਜਾ ਕੇ ਆਉਣੀ ਆ ਚਰਨੇ ਨੂੰ ਦੱਸ ਕੇ ਆਉਣੀ, ਨਾਲੇ ਸੁਖਪਾਲ ਨੂੰ ਦੱਸ ਕੇ ਆਉਣੀ ਆ ਕੀ ਹਾਲ ਹੁੰਦਾ। ਪਾਲ ਚਰਨੇ। ਅੱਛਾ ਮਾਸੀ, ਸਤਿ ਸ਼੍ਰੀ ਅਕਾਲ ਮਾਸੀ। ਸਤਿ ਸ਼੍ਰੀ ਅਕਾਲ, ਹੋਰ ਠੀਕ ਆ? ਹਾਂ ਤਕੜੀਆਂ। ਹਾਂ ਵਧੀਆ। ਤੇ ਮੈਂ ਨਾ ਤੇਰੇ ਨਾਲ ਗੱਲ ਕਰਨੀ ਸੀਗੀ। ਅੱਛਾ ਚੱਲ ਫਿਰ ਅੰਦਰ ਹੀ ਆ ਜਾ, ਉਹਦੇ ਤਾਂ ਗਰਮੀ ਵਾਲੀ ਆ। ਹਾਂ ਮੈਂ ਵੀ ਆਈ ਆ ਦੀ, ਅੰਦਰ ਆ ਜਾ। ਹੋਰ ਇੱਥੇ ਪੱਖਾ ਨਹੀਂ ਨਾ ਲੱਗਿਆ ਹੈਗਾ ਵਿਹੜੇ ਚ, ਆ ਜਾ। ਚੱਲ ਕੋਈ ਨਹੀਂ, ਅੰਦਰ ਹੀ ਕਰ। ਜਿਹੜਾ ਕਰਮਜੀਤ ਹੈ, ਬੈਲੀ ਜਾ ਵਾਲੀ ਕਾਲਾ ਚਾਦਰ ਤੇ ਕੁੜਤਾ ਜਾ ਪਾ ਕੇ ਮੈਨੂੰ ਸਾਰਾ ਇੱਥੋਂ ਹੀ ਨੀ ਨਿਕਲਦਾ ਉਹ, ਬਸ ਫਿਰ ਇਸੇ ਦੇ ਕਰਕੇ ਉਹਦੇ ਮਗਰ ਲਾ ਕੇ ਅੱਡ ਹੋ ਜਾਣਾ। ਚਰਨਾ ਹੋਇਆ ਉਹਨੂੰ ਦੱਸਿਓ, ਘਰੇ ਜੇ ਸੁਖਪਾਲ ਹੋਈ ਤਾਂ ਉਹਨੂੰ ਦੱਸੂ। ਗੱਲ ਸੁਣ, ਦੱਸ ਚਾਹੇ ਨਾ ਦੱਸ, ਕਰਨੀ ਤਾਂ ਉਹਨੇ ਆਪਦੀ ਮਰਜ਼ੀ ਆ, ਉਹ ਕਿਹੜਾ ਕਿਸੇ ਦੀ ਸੁਣਦਾ ਹੈਗਾ, ਸੁਣਦਾ ਸੁਣਦਾ ਨੀ, ਹੁਣ ਤਾਂ ਬਸ ਉਹਨੂੰ ਕੱਲਾ ਉਹੀ ਚੰਗਾ ਲੱਗਦਾ ਕਰਮਜੀਤ। ਕਮਲਾ ਤਾਂ ਸਾਡੇ ਵਾਲਾ, ਉਹ ਤਾਂ ਸਿਆਣਾ ਹੈਗਾ। ਹਾਂ ਉਹ ਤਾਂ ਸਿਆਣਾ, ਉਹ ਕਿਹੜਾ ਗਵਾਉਂਦਾ ਕੁਛ, ਬਸ ਫਿਰ ਖਾਂਦਾ ਪੀਂਦਾ ਮੌਜ ਨਾਲ। ਅਗਲਾ ਕਹਿੰਦਾ ਚੰਗਾ ਵਧੀਆ ਸਾਡੇ ਹੱਥ ਲੱਗਿਆ ਹੈਗਾ, ਨਾਲੇ ਘਰ ਪਾਟ ਗਿਆ ਮੇਰਾ,
ਉਹੀ ਤਾਂ ਗੱਲ ਹੈ, ਉਹੀ ਤਾਂ ਮੈਨੂੰ ਦੁੱਖ ਜਿਹਾ ਤਾਂ ਹੀ ਆਇਆ, ਨਹੀਂ ਮੈਨੂੰ ਕੀ ਲੋੜ ਸੀ, ਹੋਰ ਵੀ ਦੁਨੀਆਂ ਤੁਰੀ ਫਿਰਦੀ ਆ, ਕਿਤੇ ਜਾਵੇ ਕੋਈ ਕਿਤੇ ਆਵੇ, ਜੇ ਆਪਦਾ ਲੱਗਦਾ ਮੈਨੂੰ ਵੀ ਦੁੱਖ ਹੈ ਤਾਂ ਹੀ। ਦੇਖ ਮਾਸੀ, ਅੱਜ ਕੱਲ ਤਾਂ ਕਹਿਣ ਦਾ ਟਾਈਮ ਹੀ ਨਹੀਂ, ਜੇ ਕਹਾਂਗੇ ਉਹਨੂੰ ਕਹਾਂਗੇ ਉਹ ਦੋ ਚਾਰ ਵਧਾ ਕੇ ਮੇਰੇ ਵਾਲੇ ਮੁੰਡੇ ਨੂੰ ਦੱਸੂ। ਅੱਛਾ ਇਹ ਸਾਡੇ ਘਰ ਚ ਹੱਥ ਪਾਊਗਾ? ਉਹੀ ਗੱਲ ਹੀ ਹੈ ਫਿਰ। ਹੁਣ ਭਾਈ ਤੁਸੀਂ ਗੱਲ ਸੰਭਾਲੋ, ਅਕਸਰ ਤਾਂ ਤੁਹਾਡੀ ਨੇ ਉਹ ਚਰਨੇ ਨੂੰ ਦੱਸੀ ਭਾਈ ਤੂੰ। ਚੱਲ ਮੈਂ ਫਿਰ ਵੀ ਗੱਲ ਕਰੂ, ਉਹ ਤਾਂ ਪਤਾ ਹੀ ਆ, ਹੁਣ ਚਰਨੇ ਨੂੰ ਕਿਹੜਾ ਪਤਾ ਨੀ, ਸਾਰਾ ਕੁਛ ਪਤਾ ਹੈ ਤੇਰੇ ਪੁੱਤ। ਪਤਾ ਨੀ ਫਿਰ ਉਹਦਾ ਮਾੜਾ ਮੋਟਾ ਸੰਭਾਲ ਕਰੋ, ਅਗਲੇ ਨੂੰ ਕਹੋ ਬਾਹਰ ਦੀ ਬਾਹਰ ਕਹਿ ਦੋ ਉਹਨੂੰ। ਜੇ ਤਾਂ ਹੋਵੇ ਨਾ ਮਾਸੀ ਕੁਮਾਰ ਆ, ਛੋਟਾ ਨਿਆਣਾ ਹੋਵੇ, ਦੋ ਮਾਰੀਏ ਕੰਨ ਤੇ ਸਮਝਾ ਦਈਏ, ਹੁਣ ਵਿਆਹ ਵਰੇ ਗਿਆ ਉਹਨੂੰ ਦੀਨਾ ਨੀ ਹੈਗਾ। ਉਹੀ ਤਾਂ ਹੈ। ਦੇਖ ਭਾਈ ਤੂੰ ਰਾਜੀ ਰਹੋ, ਗੁੱਸੇ ਰਹੋ, ਮੈਂ ਤਾਂ ਕਹੀ ਤਾਂ ਚੰਗੇ ਵਾਸਤੇ ਆ, ਪਰ ਅੱਜ ਕੱਲ ਚੰਗੀ ਗੱਲ ਮਾੜੀ ਬਣ ਜਾਂਦੀ। ਉਹਨੂੰ ਜਾ ਕੇ ਦੋਨੇ ਜੀ ਉਹਨਾਂ ਦੇ ਘਰੇ ਸਮਝਾ ਕੇ ਆਓ ਭਾਈ, ਘਰ ਪੱਟਿਆ ਜਾਊਗਾ, ਅਕਸਰ ਤਾਂ ਆਪਦੇ ਆਪਦੇ ਹੀ ਹੁੰਦੇ ਨੇ। ਸਹੀ ਗੱਲ ਹੈ। ਓਹੋ ਜੇ ਤੇਰਾ ਢਿੱਡ ਮੱਚਿਆ ਜਾਂ ਤੇਰਾ ਕੁਛ ਲੱਗਦੀ ਸੀ ਤਾਂ ਹੀ ਉਹ ਆਈ ਆ ਤੂੰ? ਫਿਰ ਮੈਂ ਤਾਂ ਹੀ ਆਈ ਆ ਭਾਈ, ਬੁਰਾ ਲੱਗੇ ਜਾਂ ਨਾ ਲੱਗੇ ਤੇ ਤੁਸੀਂ ਜ਼ਰੂਰ ਜਾਣਾ ਭਾਈ, ਮੇਰੀ ਗੱਲ ਤੇ ਗੌਰ ਕਰਿਓ। ਨਾਲੇ ਤੂੰ ਤਾਂ ਚੰਗੀ ਰਾਏ ਦੇ ਕੇ ਗਈ ਆ, ਹੋਰ ਹੁੰਦਾ ਤਾਂ ਅਗਲਾ ਕਹਿੰਦਾ ਚੰਗਾ, ਇਹਨਾਂ ਦਾ ਘਰ ਪੱਟਿਆ ਜਾਣਗੇ, ਅਗਲੇ ਹੱਸ ਕੇ ਜਾਂਦੀ ਵੀ ਆਪਾਂ ਨੇ ਕੀ ਲੈਣਾ। ਨਾ ਕੋਈ ਗੱਲ ਨੀ, ਮੈਂ ਕਰਦੀ ਆ ਘਰਦਿਆਂ ਕੋਲੇ ਗੱਲ, ਕੋਈ ਗੱਲ ਨੀ। ਚੱਲ ਮੇਰੀ ਗੱਲ ਸੁਣ, ਚਾਹ ਦੀ ਘੁੱਟ ਤਾਂ ਪੀ ਲੈਂਦੀ ਹੁਣ? ਨਾ ਨਾ, ਚਾਹ ਕਿੱਥੇ, ਗਰਮੀ ਬਾਹਲੀ ਹੈ, ਠੰਡਾ ਬਣਾ ਲੈਂਦੇ ਆ ਕੋਈ। ਠੰਡਾ ਪੀ ਕੇ ਆਈ ਆ ਮੈਂ ਹੁਣੀ। ਚੱਲ ਤੇਰੀ ਮਰਜ਼ੀ, ਇਸ ਗੱਲ ਤੇ ਮੈਂ ਪੂਰੀ ਗੌਰ ਕਰੂ, ਕੋਈ ਤਾਂ ਫਿਕਰ ਨਾ ਕਰ। ਹਾਂ ਚੱਲ ਚੰਗਾ, ਮੈਂ ਹਾਂ ਚੱਲ ਚੰਗਾ, ਬੱਚੇ ਤਾਂ ਰਿਹਾ ਨਹੀਂ ਗਿਆ ਭਾਈ। ਹੋਰ ਮੈਂ ਦੱਸ, ਸੱਚੀ ਗੱਲ ਹੈ, ਜਿਹਦਾ ਢਿੱਡ ਮੱਚਿਆ ਤਾਂ ਹੀ ਵਿਚਾਰੀ ਭੱਜੀ ਭੱਜੀ ਆਈ, ਨਹੀਂ ਕਿਹਦੇ ਕੋਲ ਟਾਈਮ ਹੈ, ਕੌਣ ਕਿਸੇ ਦੇ ਚੰਗੇ ਵਾਸਤੇ ਆਉਂਦਾ ਹੈਗਾ। ਚੱਲ ਕੋਈ ਨਾ, ਕਰਦੀ ਹਾਂ ਗੱਲ। ਉਹ ਛੇਤੀ ਬੋਲ, ਕੀ ਬੋਲਣਾ ਹੈ, ਉਧਰੋਂ ਉਹ ਡਿੱਕੀ ਜਾਂਦਾ ਹੋਊ ਵੀ ਚਾਹ ਲੈ ਕੇ ਨਹੀਂ ਆਇਆ। ਨਾ ਜੇ ਗੱਲ ਧਿਆਨ ਨਾਲ ਸੁਣੇਗਾ ਫੇਰ ਹੀ ਸਮਝ ਆਊ। ਸਨੀ ਦੀ ਗੱਲ ਆ, ਮੇਰੇ ਨਾਮ ਘਰ ਨਹੀਂ ਕਰਾਉਂਦਾ ਪਿਆ ਗਾ, ਮੈਂ ਦੱਸ ਕੀ ਕਰਾਂ, ਫੇਰ ਹੀ ਲੋਨ ਲਵਾਂਗੇ ਜੇ ਘਰ ਮੇਰੇ ਨਾਮ ਹੋਊਗਾ। ਉਹ ਤਾਂ ਗੱਲ ਤੇਰੀ ਠੀਕ ਹੈ, ਮੈਂ ਕਹਿੰਦਾ ਸੀਗਾ ਉਹ ਜ਼ਮੀਨ ਵੀ ਆਪਦੇ ਨਾਂ ਕਰਵਾ ਲੈ। ਜੇ ਸੁਣੂਗਾ ਫੇਰ ਹੀ ਆ, ਮੈਂ ਤਾਂ ਬਥੇਰਾ ਮਿੰਤਾਂ ਕਰਦੀ ਹੈਗੀ। ਉਹ ਲੈ ਸੁਣੂਗਾ ਕਿਉਂ ਨਹੀਂ, ਮੇਰੇ ਕੋਲ ਹੈਗਾ ਇੱਕ ਤਰੀਕਾ। ਤਰੀਕਾ? ਹਾਂ। ਕੀ ਤਰੀਕਾ ਗਾ? ਤੂੰ ਐਂ ਕਹੀਂ ਕਹਿੰਦੇ ਵੀ ਜੇ ਆਹ ਮੇਰੇ ਨਾਂ ਲਵਾ ਦੇ ਵੀ, ਕਹਿੰਦੇ ਹੁੰਦੇ ਨਾ ਜਨਾਨੀ ਦੇ ਨਾਂ 'ਤੇ ਸਬਸਿਡੀ ਬਾਹਲੀ ਮਿਲ ਜਾਂਦੀ ਹੈ, ਉਹ ਆਪਾਂ ਲੋਨ ਨਹੀਂ ਲੈਣਾ, ਉਹ ਜਿਹੜਾ ਆਪਾਂ ਖੋਲਿਆ ਬਿਜ਼ਨਸ ਨਵਾਂ, ਠੀਕ ਹੈ, ਉਹਨੂੰ ਕੋਈ ਗੱਲਾਂ 'ਚ ਲਿਆ ਕੇ ਬਸ ਤੂੰ ਆਪਦੇ ਨਾਂ ਕਰਵਾ ਲੈ ਇੱਕ ਵਾਰੀ। ਉਹ ਤਾਂ ਠੀਕ ਆ, ਤੁਸੀਂ ਹੁਣ ਉਹਦੇ ਪਾਰਟਨਰ ਹੋ, ਤੈਨੂੰ ਕੋਈ ਉਹਨੇ ਬਿੜਕ ਦਿੱਤੀ ਤੇਰੇ ਨਾਲ ਕੋਈ ਗੱਲਬਾਤ ਕੀਤੀ? ਉਹ ਮੇਰੇ ਨਾਲ ਤਾਂ ਨਹੀਂ ਕੋਈ ਗੱਲਬਾਤ ਕੀਤੀ, ਪਰ ਆਹ ਜ਼ਮੀਨ ਵਾਲੀ ਤਾਂ ਗੱਲ ਕਰਨੀ ਪਊਗੀ ਉਹਦੇ ਨਾਲ। ਗੱਲ ਤਾਂ ਕਰਨੀ ਪੈਣੀ ਆ, ਮੈਨੂੰ ਤਾਂ ਨੀਂਦ ਨਹੀਂ ਆਉਂਦੀ ਹੈਗੀ, ਹੁਣ ਤਾਂ ਅੱਡ ਵੀ ਹੋ ਗਏ, ਜੇ ਹੁਣ ਨਹੀਂ ਮੇਰੀ ਗੱਲ ਸੁਣੋ ਹੋਰ ਸੁਣੋ ਕਦੋਂ? ਉਹ ਰੁੱਸ ਕੇ ਜੇ ਬਹਿ ਜਾ, ਜਨਾਨੀਆਂ ਕੋਲ 100 ਤਰੀਕੇ ਹੁੰਦੇ ਨੇ। ਰੁੱਸ ਕੇ ਬਹਿ ਜਾ? ਹਾਂ ਹਾਂ, ਢੋਕਣਾ ਮੇਰਾ ਕਟਾ ਦੇਗਾ, ਆਪ ਤਾਂ ਬੈਠਾ ਹੋਏਗਾ ਪਾਸੇ। ਓਏ ਨਹੀਂ ਨਹੀਂ, ਜਨਾਨੀ ਉਹ ਸ਼ੈ ਹੈ, ਉਹ ਸਾਰਾ ਕੁਝ ਕਰ ਸਕਦੀ ਹੈ। ਹੈ ਨਾਲੇ ਤੂੰ ਅੱਡ ਨਹੀਂ ਹੋਈ? ਅੱਡ ਨਹੀਂ ਹੋਈ, ਸਾਰਾ ਕੁਝ ਅੱਡ ਹੀ ਹੋ ਗਈ ਨਾ, ਅੱਜ ਨਹੀਂ ਤੇਰਾ ਬਿੱਲੀ ਨੇ ਰਸਤਾ ਕੱਟਿਆ। ਓਏ ਅੱਜ ਤਾਂ ਬਿੱਲੀ ਟੱਕਰੀ ਨਹੀਂ, ਮੈਂ ਤਾਂ ਪਰਲੀ ਗਲੀ ਆ ਗਿਆ। ਬਸ ਕਰ, ਤੂੰ ਵੀ ਨਾ ਜਨਾਨੀਆਂ ਦੇ ਝਾਕੇ ਲੈਂਦਾ ਫਿਰਦਾ ਰਹਿਣਾ, ਮੈਨੂੰ ਕਿਹੜਾ ਪਤਾ ਨਹੀਂ ਹੈਗਾ, ਕਦੇ ਸੋਨੀ ਮਿਲ ਗਈ, ਕਦੇ ਕੋਈ ਮਿਲ ਗਈ, ਕਦੇ ਕੋਈ ਮਿਲ ਗਈ। ਉਹ ਲੈ ਤੂੰ ਤਾਂ ਉਵੇਂ ਸ਼ੱਕ ਕਰਦੀ ਰਹਿਣੀ ਹੈ, ਮੈਂ ਇਹੋ ਜਿਹਾ ਬੰਦਾ ਹੈ ਨਹੀਂ, ਇਹ ਤਾਂ ਲੋਕ ਬਸ ਉਹੀ ਮੇਰੀਆਂ ਗੱਲਾਂ ਡਾ ਦਿੰਦੇ ਨੇ। ਜੇ ਸਹੀ ਕਵੇ ਮੈਂ ਇਹੋ ਜਿਹਾ ਬੰਦਾ ਨਹੀਂ, ਉੱਥੇ ਤਾਂ ਮੈਂ ਯਕੀਨ ਵੀ ਕਰ ਲਾਂ। ਤੂੰ ਤਾਂ ਬੈਲੀ ਹੈਗਾ। ਚੱਲ ਤੂੰ ਉਹ ਛੱਡ ਯਾਰ, ਤੂੰ ਆ ਗੱਲ ਕਹਿ ਸਨੀ ਨੂੰ, ਕਿਵੇਂ ਨਾ ਉਹਨੂੰ ਗੱਲਾਂ 'ਚ ਲਿਆ ਕੇ ਵੀ ਕਹਦੇ ਐਂ ਕਰਕੇ ਆਪਣੇ ਨੂੰ ਸਬਸਿਡੀ ਜ਼ਿਆਦਾ ਮਿਲ ਜੂਗੀ। ਉਹ ਤਾਂ ਮੈਂ ਕਹਿ ਦੂੰਗੀ, ਠੀਕ ਹੈ ਨਾ। ਤੂੰ ਇੱਥੇ ਬੈਠਾ ਹੀ ਕਰਦਾ ਵਾ? ਕਿਵੇਂ ਤਾਇਆ, ਠੀਕ ਹੈ? ਤਾਇਆ ਠੀਕ ਹੈ। ਚਾਹ ਲੈਣ ਆਏ ਆ ਤਾਂ?
ਵੱਧ ਘੱਟ ਮਾਤਾ ਬੋਲਣ ਦੀ ਲੋੜ ਨੀ, ਮੈਨੂੰ ਪਤਾ ਤੂੰ ਕਿੱਥੋਂ ਬੋਲਦੀ ਪਈ ਆ। ਜਨਾਨੀਆਂ ਦੇ ਸਰਕਾਰ ਸਬਸਿਡੀ ਜ਼ਿਆਦਾ ਦੇ ਦਿੰਦੀ ਆ, ਅਸੀਂ ਤਾਂ ਉਹ ਗੱਲ ਕਰਦੇ ਸੀ। ਭਰਜਾਈ ਚਾਹ ਬਣਾ ਲਾ, ਕਰਮਾ ਨੂੰ ਲੇਟ ਹੋਈ ਜਾਣਾ। ਤੂੰ ਦੇਵਾਂਗਾ ਸਲਾਹਾਂ ਸਾਰੀਆਂ ਨਾ, ਵੱਡੀ ਨੂੰ ਕਹਿ ਦੇ ਉਹ ਦੇ ਦੂਗੀ ਆ ਕੇ, ਜਿਹੜੀ ਸਾਨੂੰ ਦੇਖ ਕੇ ਨੀ ਕਰਦੀ। ਕਹਿੰਦੇ ਤਾਂ ਹੁੰਦੇ ਆ ਜਦੋਂ ਆਪ ਦਾ ਸਿੱਕਾ ਖੋਟਾ ਹੋਵੇ, ਦੁਕਾਨੇ ਦਾ ਕੀ ਦੋਸ਼ ਆ? ਸਿੱਕਾ ਤਾਂ ਆਪਣਾ ਹੀ ਖੋਟਾ ਹੈ ਨਾ। ਬਸ ਸਿੱਕਾ ਖੋਟਾ। ਪਹਿਲੀ ਗੱਲ ਤਾਂ ਮੈਨੂੰ ਇਹ ਦੱਸੋ, ਤੁਸੀਂ ਮੂੰਹ ਚੱਕ ਕੇ ਇਧਰ ਕਿੱਧਰ ਆ ਗਏ? ਹੈਗੇ ਆ ਨਾ ਅਸੀਂ ਅੱਡ ਵਿੱਡ, ਫਿਰ ਕੀ ਲੈਣ ਆਏ ਹੋ? ਬੁਲਾਇਆ ਸਾਨੂੰ ਕਿਸੇ ਨੇ? ਬਿਨਾਂ ਬੁਲਾਏ ਮੂੰਹ ਚੱਕ ਕੇ ਤੁਰੇ ਆਏ? ਕੁੜੇ ਕੰਮੋ, ਇਹ ਤੇਰਾ ਘਰ ਨੀ ਕੱਲੀ ਦਾ, ਮੇਰੇ ਪੁੱਤ ਦਾ ਵੀ ਘਰ ਹੈਗਾ। ਤੇਰਾ ਪੁੱਤ ਹੁਣ ਤੇਰਾ ਨੀ ਰਿਹਾ, ਮੇਰਾ ਹਸਬੈਂਡ ਆ, ਠੀਕ ਹੈ? ਉਹ ਮੇਰਾ ਹੋ ਚੁੱਕਿਆ ਤੇ ਘਰ ਦੀ ਮਾਲਕਣ ਮੈਂ ਆ। ਅੱਛਾ, ਇੱਥੇ ਮੇਰੀ ਚੱਲੂਗੀ। ਦੇਖ ਲਾ ਜਿਵੇਂ ਮੁੱਲ ਖਰੀਦ ਲਿਆ ਹੁੰਦਾ ਇਹਨੇ। ਹਾਂ ਖਰੀਦ ਹੀ ਲਿਆ, ਹੋਰ ਕੁਛ? ਬੋਲੀ ਜਾਂਦੇ ਆ ਬਿਨ ਫਾਲਤੂ। ਬੋਲ ਪਾ ਕੁਛ। ਕੀ ਬੋਲਦਾ ਮੈਂ, ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ, ਮੰਨੇ ਵੀ ਕੋਈ? ਮੈਂ ਤਾਂ ਤੈਨੂੰ ਕਹਿਣਾਗਾ ਤੂੰ ਡੰਡੀ ਪੈ ਇੱਥੋਂ। ਹਾਂ ਸਹੀ ਗੱਲ ਹੈ। ਹੋਰ ਮੈਂ ਕੀ ਕਹਤਾ ਹੁਣ ਕਿਸੇ ਨੂੰ? ਹੈ ਮੈਂ ਤਾਂ ਕੋਈ ਚੰਗੀ ਸਲਾਹ ਲੈ ਕੇ ਆਇਆ ਇਹਨਾਂ ਕੋਲ। ਅੱਗ ਨਾ ਤੇਰੀ ਲਾਈ ਹੋਈ ਹੈ ਸਾਰੀ, ਕਰ ਚੱਲ। ਬਸ ਕਰ, ਰਹਿਣ ਦੇ ਮਾਂ, ਕੌਣ ਅੱਗ ਲਾਉਣ ਵਾਲਾ? ਇਹ ਤੂੰ ਵੀ ਚੰਗੀ ਤਰ੍ਹਾਂ ਜਾਣਦੀ ਆ। ਉਹ ਤੁਰ ਜਾ ਹੁਣ, ਇੱਥੇ ਖੜਾ ਹੀ ਕਰਦਾਂਗਾ। ਕਿਉਂ, ਇਹ ਕਿਵੇਂ ਤੁਰ ਜੇ? ਮੈਂ ਖੜਜੋ, ਕੀ ਗੱਲ ਹੋ ਗਿਆ? ਕਮਾਂਡਿੰਗਾਂ ਨੇ ਫੋਨ ਕੀਤਾ ਮੈਨੂੰ, ਜਲੂਸ ਕੱਢੀ ਜਾਂਦੇ ਹੈਗੇ। ਆ ਦੇਖ ਲਓ, ਤੁਸੀਂ ਚਾਹ ਲੈਣ ਭੇਜਿਆ ਸੀ ਨਾ, ਆ ਕੇ ਉੱਤੇ 100-100 ਤੁਮਕਾਂ ਲਾਈ ਜਾਂਦੇ ਹੈਗੇ। ਨਾਲੇ ਭਾਈ ਫਿਰ ਤੂੰ ਆ ਨਹੀਂ ਸਕਦਾ ਚਾਹ ਪਾਣੀ ਲੈਣ। ਮਾਂ ਭੇਜਿਆ ਤਾਂ ਮੈਂ ਆ, ਹੁਣ ਤੁਸੀਂ ਹੋਰ ਡਰਾਮੇ ਸ਼ੁਰੂ ਕਰਤੇ ਹੈਗੇ। ਇਹ ਕਾਹਦੇ ਡਰਾਮੇ ਆ, ਕਹਿ ਸਕਦੇ ਆ ਅਸੀਂ? ਬਾਬਾ ਗੁਰੂ ਉਹ ਵੱਡੇ ਨਾਲ ਹੀ ਰਹਿ ਤੂੰ। ਪਤਾ ਕੀ ਕਹਿੰਦੇ ਇਹਨੂੰ? ਕਹਿੰਦੇ ਘਰੋਂ ਨਿਕਲ। ਦੱਸੋ ਮੈਨੂੰ, ਮੈਂ ਪਤਾ ਕਿੰਨਾ ਵਿਸ਼ਵਾਸ ਆ ਮੈਨੂੰ ਇਹਨਾਂ ਦੋਨਾਂ ਤੇ, ਨਾਲੇ ਆਪਦੀ ਘਰ ਵਾਲੀ ਤੇ, ਨਾਲੇ ਮੇਰੇ ਯਾਰ ਮਿੱਤਰ ਤੇ। ਵਿਸ਼ਵਾਸ ਰੱਖਣਾ ਜ਼ਰੂਰੀ ਹੁੰਦਾ ਗਾ, ਸਾਥੋਂ ਗਲਤੀ ਹੋ ਗਈ, ਸਾਥੋਂ ਕਿਹਾ। ਹਾਂ ਇਸ ਤੋਂ ਬਾਅਦ ਇੱਥੇ ਆਈ ਨਾ। ਆ ਚੱਲ ਚੱਲ ਗਿਆ, ਆਪਾਂ ਇੱਥੇ ਕੋਈ ਫਾਇਦਾ ਨਹੀਂ ਖੜਨ ਦਾ, ਜਿੰਨੇ ਖੜੇ ਰਹਾਂਗੇ ਉਹਨਾਂ ਹਜ਼ਾਰ ਲਾ ਹੀ ਜਾਵਾਂਗੇ। ਬੇਇੱਜ਼ਤੀ ਕਰਾਉਣ ਨੂੰ ਆ ਗਏ ਸੀ, ਨਾ ਅਸੀਂ ਹੱਕ ਨਾਲ ਆਏ ਸੀ। ਹੱਕ ਕਿਹੜਾ ਹੱਕ? ਇਹ ਤਾਂ ਕਦੋਂ ਦਾ ਗਵਾਤਾ, ਨਾਲੇ ਅੱਗੇ ਤੋਂ ਮੇਰੇ ਘਰੇ ਆਉਣ ਦੀ ਲੋੜ ਨਹੀਂ, ਠੀਕ ਹੈ ਨਾ? ਬੁਲਾਈਏ ਤਾਂ ਆਇਓ, ਨਹੀਂ ਉਹ ਨਾ ਮੂੰਹ ਚੱਕ ਕੇ ਤੁਰਿਆ ਆਇਆ ਕਰੋ, ਨਹੀਂ ਉਹੀ ਦਾ ਮੂੰਹ ਚੱਕ ਕੇ ਤੁਰਿਆ ਕਰੀਏ, ਜੋ ਅਸੀਂ ਮਰਜ਼ੀ ਕਰੀਏ ਆਪਦੇ ਘਰ 'ਚ। ਨਾਲੇ ਤੁਸੀਂ ਕਹੋ ਉਹਨੇ ਮੇਰੇ ਬੰਦੇ ਦੇ ਰੋਹਬ ਮਾਰਨ ਵਾਲੇ। ਤੂੰ ਗੱਲ ਸੁਣ ਲਾ, ਤੂੰ ਇੱਕ ਨਾ ਇੱਕ ਦਿਨ ਪਛਤਾਏਗਾ, ਪੱਟਾਂ ਤੇ ਹੱਥ ਮਾਰਨ ਨਾਲ ਰੋਲੇਗਾ, ਫੇਰ ਮੈਂ ਤੈਨੂੰ ਪੁੱਛੂਗਾ। ਅੱਜ ਤੱਕ ਪਛਤਾਈ ਜਾਂਦਾ, ਹੁਣ ਮੈਨੂੰ ਪੈਸਾ ਵਾਣ ਲੱਗ ਗਿਆ, ਹੁਣ ਸੜਦੇ ਆ ਤੁਸੀਂ? ਸੜਦੇ ਆ ਸਾਰਾ ਤੇ ਭੇਜਿਆ ਧੀ ਪੁੱਤ ਸੌਖਾ ਹੋਵੇ, ਕੋਈ ਮਾਂ-ਬਾਪ ਸੜਦੇ ਨਹੀਂ ਹੁੰਦੇ। ਤੂੰ ਤਾਂ ਮਾਂ ਰਹਿ ਨਹੀਂ ਦੇ। ਚਲੋ ਚਲੋ ਚੰਨੀ ਨਾਲ, ਠੀਕ ਹੈ ਨਾ? ਸਾਰੇ ਪਵਾੜੇ ਦੀ ਜੜ ਤੂੰ ਹੀ ਆ। ਮੈਂ ਤਾਂ ਬਲ ਜੂਗਾ, ਧੱਕੇ ਮਾਰਾਂ ਤਾਂ ਗੱਲ ਹੀ ਨਹੀਂ। ਬਸ ਬਸ ਬਸ, ਚੰਨੀ ਨਾਲ ਚੰਨੀ ਨਾਲ ਰਹੋ। ਚਲੋ ਚਲੋ ਜਾ ਜਾ ਜਾ, ਨਿਕਲੋ ਨਿਕਲੋ ਨਿਕਲੋ। ਅਮਦਾਂ ਪੱਕਾ ਪਕਾਂਗਾ, ਖਾਇਆ ਕਰੋ। ਚਲੋ ਜਾ ਜਾ ਜਾ, ਉਹ ਸਵਾਦ ਬਣਾਉਗੀ ਜ਼ਿਆਦੇ। ਹੋਰ ਕੀ ਆ ਗੱਲਾਂ ਕਰਦੇ, ਦੇਖ ਲੋ ਜੀ ਆਏ ਨਾ ਆ ਕੇ ਮਾਰਨ ਵਾਲੇ ਵਾਂਗੂ ਹੀ ਪੈ ਗਏ, ਵੀ ਬਸ ਤੈਨੂੰ ਤਾਂ ਅਸੀਂ ਮਾਰ ਹੀ ਦੇਵਾਂਗੇ। ਆਹ ਬੁੜੀ ਜੀ 100-100 ਗੱਲਾਂ ਬੋਲਦੀ ਸੀ ਮੈਨੂੰ। ਉਹ ਕੋਈ ਗੱਲ ਨਹੀਂ, ਫੈਰ ਕੱਢ ਦਿੰਦੀ ਵਿੱਚ ਦੀ ਪਈ ਤਾਂ ਕੀ। ਹੁਣ ਦੱਸ ਮੈਂ ਕੀ ਕਰਦੀ ਫਿਰ, ਰੌਲਾ ਪਾਈ ਜਾਂਦੇ ਸੀ। ਮੇਰੀ ਗੱਲ ਸੁਣ, ਜੋ ਹੋਣਾ ਹੋ ਗਿਆ, ਗਾਹਾਂ ਨੂੰ ਆਏ ਨਾ ਕਹਿ ਦੀ ਵੀ ਭਾਈ ਸਾਡੇ 'ਚ ਲੱਲਾ ਖੱਖਾ ਨਾ ਦਿਓ। ਮੈਂ ਤਾਂ
ਹੁਣ ਵੀ ਕਹਿ ਰਹੀ ਸੀ ਜਾਓ ਜਾਓ ਜਾਓ, ਪਰ ਉਹੀ ਸਿਰ ਚੜ ਚੜ ਬੋਲਦੇ ਸੀ। ਇਹ ਵੀ ਵਿਚਾਰਾ ਚੰਗਾ ਸੀ ਜਿਹੜਾ ਸੁਣੀ ਗਿਆ, ਹੋਰ ਕੋਈ ਹੁੰਦਾ ਨਾ ਗੱਲ ਚ ਹੱਥ ਪਾ ਲੈਂਦਾ ਅਗਲਾ। ਚੱਲ ਕੋਈ ਨਾ, ਮਾਦਾ ਸੁਣੀ ਕਰਕੇ ਇੱਜ਼ਤ ਕਰਦਾ ਹੈ। ਚੱਲ ਤੂੰ ਚਾਹ ਲੈ ਕੇ ਚੱਲ, ਠੀਕ ਹੈ ਨਾ? ਚੱਲ ਚੰਗਾ ਬਈ, ਮੈਂ ਕੰਮ ਚਾਹ ਪਾ ਕੇ ਫੜਾ, ਮੈਂ ਆਰਾਮ ਕਰਦਾ ਥੱਕ ਗਿਆ ਤਾਂ। ਰੋਟੀ ਕੋਈ ਨਾ ਖਾ ਲਾਂਗੇ, ਇਕੱਠੀ ਖਾਵਾਂਗੇ ਆਪਾਂ ਦੋਨੇ ਜਾਣੇ। ਜਾ ਮੈਨੂੰ ਫੋਨ ਕੀਤਾ ਮੇਰੇ ਯਾਰ ਦੋਸਤ ਨੇ, ਕਹਿਆ ਮੈਨੂੰ ਸ਼ਰਮ ਆਉਂਦੀ ਆ, ਉਹ ਛੋਟੀ ਵਾਲੀ ਕਿਹੜੀ ਭਾਬੀ ਨੀ ਪੁੱਛ ਕੇ ਲੈ ਗਿਆ ਮੇਰਾ ਸਾਹ ਕਰਮਜੀਤ ਕਰਮਜੀਤ ਦੀ ਅੱਖ ਸਹੀ ਨੀ ਹੈਗੀ, ਮੈਂ ਹੋਈ ਕਿਸਮੈਲੀ ਜੀ ਅੱਖ ਨਾਲ ਦੇਖਦੇ ਇਹ, ਤੂੰ ਮੇਰੀ ਇੱਕ ਵੀ ਨੀ ਸੁਣੀ ਹੈਗੀ। ਬੇਬੇ ਨੂੰ ਜਾ ਕੇ ਤੇਰੇ ਨਾਲ ਤੂੰ ਮੈਨੂੰ ਕਿਹਾ, ਮੈਂ ਨਾਲ ਦੀ ਨਾਲ ਬੇਬੇ ਕੋਲ ਗਿਆ, ਬੇਬੇ ਨੇ ਸਮਝਾਇਆ ਸਾਰਾ ਕੁਝ, ਉਹ ਹਟੇ ਨੀ, ਕਹਿੰਦਾ ਸਾਨੂੰ ਤਾਂ ਅੱਡ ਕਰਦੇ, ਅਗਲੇ ਨੇ ਅੱਡ ਕਰਤਾ, ਨਾਲੇ ਬਾਪੂ ਸਮਝਾਉਣ ਵੀ ਕਹਿ ਰਹੇ ਆ, ਮਾਸੀ ਆਈ ਰਹੀ ਆ ਵੀ ਐਂ ਕਰਕੇ ਰਾਤ ਉੱਤੀ ਬੜਿਆ ਰਹਿੰਦਾ, ਤੇ ਬਾਪੂ ਤੇ ਬੇਬੇ ਨੂੰ ਭੇਜ ਨੀ ਦਿੱਤਾ ਮੈਂ, ਚੱਲ ਸਮਝਾਇਆ ਉਹ ਹੈ ਸਮਝਾਉਣ ਗਏ ਆ, ਉਤੋਂ ਉਲਟਾ ਬੇਇੱਜ਼ਤੀ ਕਰਕੇ ਘਰੋਂ ਕੱਢਤਾ। ਕੀ ਲੋੜ ਸੀ ਬੇਬੇ ਬਾਪੂ ਨੂੰ ਜਾਣ ਦੀ, ਤੂੰ ਤਾਂ ਆਪ ਨੀ ਹਟ ਜਾਏਗਾ, ਨਾਲੇ ਉੱਧਰ ਹੋਏ ਨੇ ਨਾ ਉੱਧਰ ਸਮਝਾਉਣ ਗਿਆ ਸੀ, ਹੁਣ ਕੀ ਕਰੇ, ਮੂੰਹ ਦਿਖਾਉਣ ਜੋਗਰੇ ਰਹਿ ਗਏ, ਕੀ ਦਿਖਾਵਾਂਗੇ ਬਲੀ ਗਮਾਨ ਚ ਮੂੰਹ, ਲੱਤਾਂ ਵੀ ਕੰਮੀ ਜਾਂਦੀਆਂ, ਮਤਲਬ ਇਹ ਕੰਮ ਕੀ ਹੋ ਗਿਆ ਹੁਣ, ਉਹ ਇਹਨੇ ਸ਼ਰਮ ਨਹੀਂ ਮੰਨੀ ਉਹ ਭਾਈ ਸਾਰਾ, ਉਹ ਸ਼ਰਮ ਕੀ ਬਣਾ ਲਾ ਸਾਰਾ ਕੁਝ, ਤੇ ਬੇਅਕਲ ਨੇ ਸਾਰਾ ਕੁਝ ਨਾਮ ਕਰਾਤਾ, ਜ਼ਮੀਨ ਨਾਮ ਕਰਾਤੀ, ਅਗਲੇ ਨੇ ਭੱਜਣਾ ਸਾਰਾ ਕੁਝ, ਜ਼ਮੀਨ ਨਾਮ ਉਹਦੇ ਸਾਰਾ ਕੁਝ ਲੈ ਕੇ ਬਾਕੀ ਅਗਲੀ ਕੁਛ ਵੀ ਨਹੀਂ, ਉਹਦੇ ਕੋਲ ਨੰਗ ਕੋਲੇ ਮਲੰਗ ਕੋਲੇ 10 ਕਿਲੋ ਜ਼ਮੀਨ ਨਾਮ ਕਰਾਤੀ, ਘਰ ਨਾਮ ਕਰਾਤਾ, ਸਾਰਾ ਕੁਝ ਕਰਾਤਾ, ਉਹ ਭੱਜ ਗਏ ਅਗਲੇ ਪੈਸੇ ਲੈ ਕੇ ਲਾਉਣ ਨੂੰ। ਨਾ ਹੁਣ ਤਾਂ ਕਹਿੰਦਾ ਨੇ ਮੇਰੇ ਭਾਈ ਬੜਾ ਸਿਆਰ ਹੈ, ਆ ਹੁਣ ਸਿਆਣਪੁਰਾ ਤਾਂ ਕਿੱਥੇ ਵਗ ਗਿਆ, ਸਿਆਰ ਹੁੰਦਾ ਬੁਝਣ ਆਡੀ ਨਹੀਂ ਹੁੰਦਾ ਸੀ, ਸਾਂਝਾ ਪਰਿਵਾਰ ਤਾਂ ਹੀ ਹੁੰਦਾ, ਬਾਪੂ ਕਿਹੜਾ ਹੁੰਦਾ ਘਰ ਦਾ ਜਿੰਦਰਾ ਆਉਂਦੇ ਆ ਹੈ। ਆ ਮੈਂ ਚਾਹ ਬਣਾਈ ਹੈ ਨਾ ਜਦੋਂ, ਉਦੋਂ ਮੈਂ ਚਾਹ ਫੜਾਉਣ ਵਗ ਗਈ, ਅਜੇ ਮੈਂ ਤਾਂ ਜਾ ਹੀ ਜਾਂਦੀ ਸੀ, ਗੇਟ ਹੀ ਖੋਲਿਆ, ਹਾਂ ਹਾਂ ਭਾਬੀ ਕਹਿੰਦਾ ਗਾਹਾਂ ਆ ਕੇ ਚਾਹ ਫੜਾ ਜਾ, ਕਹਿੰਦਾ ਮੈਂ ਤਾਂ ਭਾਈ ਫੜਾ ਕੇ ਜਾਂਦੀ ਹੈਗੀ। ਉਹ ਚੱਲ ਚੱਲ ਚੁੱਪ ਕਰ ਯਾਰ, ਮਾਰੇ ਗਏ ਮਾਰ ਕੇ ਮੌਤ ਖਾਓ, ਹਾਏ ਹਾਏ ਨਿਕਲੇਸ਼ ਨੇ ਤੂੰ ਤਾਂ ਕਾਸੇ ਜੋਗਰੇ ਨਹੀਂ ਛੱਡੇ, ਅਸੀਂ ਜਿਵੇਂ ਹੀ ਮਾਰਤੇ ਜੀ ਆਉਂਦੇ ਜੀ, ਨਾ ਬਾਪੂ ਬਾਹਰ ਅੰਦਰ ਜਾਣ ਜੋਗਰਾ, ਨਾ ਬੇਬੇ, ਕੀ ਕਰੀਏ, ਕੀ ਨੀ ਮਿਲਦਾ ਸੀ ਤੈਨੂੰ ਘਰੇ, ਇਹੋ ਜਿਹੇ ਨਾਲ ਕਸਾਈ ਨਾਲ ਨਿਕਲੀ ਆ ਤੂੰ, ਜਿਹੜੇ ਨਾਲ ਉਹਦੇ ਕੋਲ ਜ਼ਿਆਦਾ ਜਾਇਦਾਦ ਸੀਗੀ,